ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ। ਅੱਜ ਦਾ ਮੁੱਦਾ, ਰੋਜ਼ਾਨਾ ਇਸ ਮੰਚ ਦੇ ਉੱਤੇ ਉਹਨਾਂ ਸਾਰੇ ਅਹਿਮ ਮਸਲਿਆਂ ਦੀ ਅਸੀਂ ਗੱਲ ਕਰਦੇ ਹਾਂ, ਔਰ ਅੱਜ ਵੀ ਇੱਕ ਅਜਿਹਾ ਮਸਲਾ ਲੈ ਕੇ ਆਏ ਹਾਂ ਇਸ ਮੰਚ ਦੇ ਉੱਤੇ ਜੋ ਕਿ ਵਾਕਈ ਹੀ ਉਹਦੇ ਉੱਤੇ ਵਿਚਾਰ ਕਰਨਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਜਦ ਇਸ ਮੰਚ ਨੂੰ ਅਸੀਂ ਸਜਾਉਂਦੇ ਹਾਂ ਔਰ ਜਦ ਤਿਆਰ ਕਰਦੇ ਹਾਂ ਤਾਂ ਕਈ ਸਾਰੀ ਜ਼ਿੰਮੇਵਾਰੀਆਂ ਸਾਡੀ ਵੀ ਬਣਦੀਆਂ ਹਨ ਕਿ ਤੁਹਾਨੂੰ ਉਹਨਾਂ ਸਾਰੀ ਖਬਰਾਂ ਦੇ ਨਾਲ ਅਸੀਂ ਜਾਣੂ ਕਰਵਾਈਏ। ਲੇਕਿਨ ਅਹਿਮ ਵਿਸ਼ਾ ਹਾਲ ਫਿਲਹਾਲ ਦੇ ਵਿੱਚ ਜਿਹੜੀ ਪੰਜਾਬ ਦੀ ਧਰਤੀ ਤੋਂ ਇਹਨਾਂ ਸਿਆਸੀ ਗਲਿਆਰਿਆਂ ਤੋਂ ਪਹੁੰਚ ਕੇ ਸੱਤ ਸਮੁੰਦਰ ਪਾਰ ਸਾਡੇ ਕੋਲ ਪਹੁੰਚੀ ਹੈ, ਤਾਂ ਉਹ ਸਾਨੂੰ ਬੇਸ਼ੱਕ ਅੱਜ ਮਜਬੂਰ ਕਰੇਗੀ ਕਿ ਆਪਾਂ ਕੀ ਕਰ ਸਕਦੇ ਹਾਂ। ਸਾਨੂੰ ਪਤਾ ਕਿ ਕਈ ਸਾਰੇ ਅਮੈਰੀਕਨ ਡ੍ਰੀਮਸ ਲੈ ਕੇ ਔਰ ਕਈ ਸਾਰੇ ਓਪਰਚੁਨਿਟੀ ਲੈ ਕੇ ਅਸੀਂ ਇਸ ਲੈਂਡ ਆਫ ਓਪਰਚੁਨਿਟੀ ਦੇ ਵਿੱਚ ਆਏ ਸੀਗੇ। ਮਨ ਦੇ ਵਿੱਚ ਇਹ ਸੋਚ ਕੇ ਆਏ ਸੀਗੇ ਕਿ ਸਾਨੂੰ ਉਹ ਜਿਹੜਾ ਐਕਸਪੋਜ਼ਰ ਹੈ ਉਹ ਇੰਡੀਆ ਦੇ ਵਿੱਚ, ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸਾਨੂੰ ਨਹੀਂ ਮਿਲਿਆ, ਜਿਸ ਕਰਕੇ ਅਸੀਂ ਅੱਜ ਇਸ ਧਰਤੀ ਦੇ ਉੱਤੇ ਆ ਕੇ ਕਾਮਯਾਬ ਹੋਏ ਹਾਂ। ਲੇਕਿਨ ਉਹ ਐਕਸਪੋਜ਼ਰ ਜੇਕਰ ਸਾਨੂੰ ਉਸ ਧਰਤੀ ਦੇ ਉੱਤੇ ਮਿਲ ਜਾਂਦਾ ਜਾਂ ਫਿਰ ਕੋਈ ਅਜਿਹੇ ਸਮੀਕਰਨ ਉੱਥੇ ਬਣ ਜਾਂਦੇ ਤਾਂ ਅੱਜ ਸਾਨੂੰ ਇਸ ਮੁਲਕ ਦੇ ਵਿੱਚ ਆ ਕੇ ਵਸਣਾ ਨਹੀਂ ਪੈਂਦਾ। ਲੇਕਿਨ ਤਰਾਜ਼ਦੀ ਰਹੀ ਹੈ ਸਾਡੀ ਔਰ ਸਾਡੀ ਕੌਮ ਦੀ ਔਰ ਸਾਡੇ ਸਿਆਸੀ ਲੀਡਰਾਂ ਦੀ ਕਿ ਉਹ ਪ੍ਰਭਾਵਸ਼ਾਲੀ ਖੇਤਰ ਦੇ ਵਿੱਚ ਰਹਿ ਕੇ ਵੀ ਆਪਣੇ ਆਪ ਦੇ ਉੱਤੇ ਉਹ ਪ੍ਰਭਾਵ ਨਹੀਂ ਪਾ ਸਕੇ ਔਰ ਆਪਣੇ ਬਲ ਨੂੰ ਉਹ ਨਹੀਂ ਪਹਿਚਾਣ ਸਕੇ, ਜਿਸ ਕਰਕੇ ਅੱਜ ਅਸੀਂ ਉਸ ਮੁਲਕ ਦੇ ਵਿੱਚ ਪਿੱਛੇ ਰਹਿ ਗਏ ਹਾਂ। ਲੇਕਿਨ ਅੱਜ ਅਗਰ ਅਸੀਂ ਇਸ ਮੁਲਕ ਦੇ ਵਿੱਚ ਆ ਕੇ ਆਪਣੀ ਪਹਿਚਾਣ ਬਣਾਈ ਹੈ ਤਾਂ ਮੈਨੂੰ ਲੱਗਦਾ ਕਿ ਇੱਥੇ ਦਾ ਲਾਅ ਐਂਡ ਸਿਸਟਮ ਔਰ ਸਾਡੀ ਹਾਰਡਵਰਕ ਔਰ ਸਾਡੀ ਉਹ ਹਰ ਗੱਲ ਜੋ ਕਿ ਅਸੀਂ ਆ ਕੇ ਇਸ ਧਰਤੀ ਦੇ ਉੱਤੇ ਨਰਚਰ ਕੀਤੀ ਹੈ ਤਾਂ ਜਿਸ ਕਰਕੇ ਅੱਜ ਸਾਡੇ ਜਿਹੜੇ ਪੰਜਾਬੀ ਨੇ ਉਹ ਕਾਮਯਾਬ ਹੋਏ ਹਨ। ਮੈਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਕਈ ਸਾਰੀਆਂ ਸਰਕਾਰਾਂ ਹੋਂਦ ਦੇ ਵਿੱਚ ਆਈਆਂ ਭਾਰਤ ਜਦ ਆਜ਼ਾਦ ਹੋਇਆ, ਲੇਕਿਨ ਕਿਸੇ ਨੇ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਕੀਤਾ। ਔਰ ਜਦ ਮੈਂ ਪੰਜਾਬ ਔਰ ਜਦ ਮੈਂ ਭਾਰਤ ਦੇ ਉਸ ਸਭ ਤੋਂ ਅਹਿਮ ਸੂਬੇ ਦੀ ਗੱਲ ਕਰਦਾ ਜੋ ਕਿ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਂਦਾ ਸੀਗਾ ਪੂਰੇ ਭਾਰਤ ਦੇ ਵਿੱਚ, ਅੱਜ ਉਹ ਸਭ ਤੋਂ ਪਿੱਛੇ ਰੇਸ ਦੇ ਵਿੱਚ ਕਿਉਂ ਚੱਲ ਰਿਹਾ? ਕਾਰਨ ਤੁਸੀਂ ਵੀ ਜਾਣਦੇ ਹੋ, ਕਾਰਨ ਅਸੀਂ ਵੀ ਜਾਣਦੇ ਹਾਂ ਕਿ ਜਿਹੜੀ ਵੀ ਆ ਪਾਰਟੀ ਉੱਥੇ ਆਈ ਆ ਉਹਨਾਂ ਨੇ ਹਮੇਸ਼ਾ ਪੰਜਾਬ ਨੂੰ ਨਾ ਅੱਗੇ ਰੱਖ ਕੇ ਆਪਣੀ ਪਾਰਟੀ ਨੂੰ ਜਾਂ ਫਿਰ ਆਪਣੀ ਨਿੱਜੀ ਸਵਾਰਥ ਨੂੰ ਅੱਗੇ ਰੱਖਿਆ, ਜਿਸ ਕਰਕੇ ਅੱਜ ਉਹ ਸੂਬਾ ਦੇਸ਼ ਦਾ ਸਭ ਤੋਂ ਪਿਛੜਿਆ ਹੋਇਆ ਸੂਬਾ ਅਸੀਂ ਕਹਿ ਸਕਦੇ ਹਾਂ। ਲੇਕਿਨ ਮੈਂ ਉਹਨਾਂ ਸਾਰੇ ਅਦਾਰਿਆਂ ਦਾ, ਮੈਂ ਉਹਨਾਂ ਸਾਰੀ ਔਰਗਨਾਈਜੇਸ਼ਨਸ ਦਾ ਜੋ ਕਿ ਸੱਤ ਸਮੁੰਦਰ ਪਾਰ ਕੰਮ ਕਰਦੀਆਂ ਹਨ ਤਾਂ ਕਿ ਪੰਜਾਬ ਸੂਬਾ ਮੁੜ ਤੋਂ ਸੋਨੇ ਦੀ ਚਿੜੀ ਕਵਾ ਸਕੇ। ਲੇਕਿਨ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਜਿਸ ਪਾਰਟੀ ਦੇ ਉੱਤੇ ਅਸੀਂ ਹਮੇਸ਼ਾ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਵੋਟ ਰੱਖਿਆ, ਅਸੀਂ ਵੋਟ ਬੈਂਕ ਉਹਨਾਂ ਦਾ ਭਰਿਆ, ਲੇਕਿਨ ਉਹਨਾਂ ਨੇ ਹਮੇਸ਼ਾ ਸਾਡੀ ਪਿੱਠ ਦੇ ਵਿੱਚ ਚਾਕੂ ਹੀ ਉਹਨਾਂ ਨੇ ਘੋਪਿਆ, ਨਾ ਕਿ ਉਹਨਾਂ ਨੇ ਪੰਜਾਬ ਨੂੰ ਅੱਗੇ ਲਿਆਉਣ ਦੀ ਕੋਈ ਕਵਾਇਦ ਆਪਣੇ ਮੋਢਿਆਂ ਦੇ ਉੱਤੇ ਚੱਕੀ। ਅੱਜ ਮੈਂ ਗੱਲ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਕੀ ਕਾਰਨ ਬਣ ਗਏ ਕਿ ਲੋਕਾਂ ਦੇ ਵਿੱਚ ਹੁਣ ਉਹ ਜਾ ਵੀ ਰਹੀ ਹੈ ਲੇਕਿਨ ਲੋਕ ਉਹਨੂੰ ਪਸੰਦ ਨਹੀਂ ਕਰ ਰਹੇ। ਜਿਵੇਂ ਕਿ ਤੁਸੀਂ ਜਾਣਦੇ ਹੋ, ਜਿਵੇਂ ਕਿ ਅਸੀਂ ਜਾਣਦੇ ਹਾਂ, 2017 ਦੀਆਂ ਜਦ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ ਉਸ ਤੋਂ ਪਹਿਲਾਂ 10 ਸਾਲ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਕੁਰਸੀ ਦੇ ਉੱਤੇ ਵਿਰਾਜਮਾਨ ਸੀਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪੁੱਤਰ ਸੁਖਬੀਰ ਬਾਦਲ ਜੋ ਕਿ ਡਿਪਟੀ CM ਦੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਸੀਗੀ, ਲੇਕਿਨ ਅੱਜ ਕਾਰਨ ਬਣ ਚੁੱਕੇ ਹਨ। ਅੱਜ ਉਹ ਬੈਕਫੁੱਟ 'ਤੇ ਕਿਉਂ ਆ ਚੁੱਕੇ ਹਨ, ਇਹਦੇ ਵੀ ਕਈ ਸਾਰੇ ਕਾਰਨ ਹਨ। ਤੁਹਾਨੂੰ ਦੱਸ ਦੇਵਾਂ ਕਿ ਜੋ ਸਭ ਤੋਂ ਵੱਡੀ ਖਬਰ ਹੁਣ ਪੰਜਾਬ ਦੀ ਧਰਤੀ ਤੋਂ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਉਹਨਾਂ ਦੇ ਹੀ ਪੁੱਤਰ, ਕਿਉਂਕਿ ਘਰ ਇੱਕ ਹੈ ਪੁੱਤ ਇੱਕ ਹੈ, ਜੇਕਰ ਸੁਖਬੀਰ ਬਾਦਲ ਆਪਣੇ ਪਿਓ ਪ੍ਰਕਾਸ਼ ਸਿੰਘ ਬਾਦਲ ਦੇ ਸਗੇ ਹੋ ਸਕਦੇ ਹਨ ਤਾਂ ਕਿਉਂ ਨਹੀਂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਆਪਣੇ ਫਾਦਰ ਸਾਹਿਬ ਦੇ ਸਗੇ ਹੋਣਗੇ। ਗੱਲ ਇੱਥੇ ਇਹ ਬਣਦੀ ਹੈ ਕਿ ਹੋ ਸਕਦਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਅਸਤੀਫਾ ਦੇ ਸਕਦੇ ਹਨ ਕਿਉਂਕਿ ਉਹ ਅਕਾਲੀ ਦਲ ਨੂੰ ਵਿਧਾਨ ਸਭਾ ਦੇ ਵਿੱਚ ਰੀਪ੍ਰਜੈਂਟ ਕਰਦੇ ਹਨ। ਲੇਕਿਨ ਵੇਖਣਾ ਇਹ ਹੋਏਗਾ ਕਿ ਜਦ ਅੱਗੇ ਲੀਡਰ ਕਿਹੜੇ ਆਉਣਗੇ ਔਰ ਕਿਹੜਾ ਬੰਦਾ ਅਕਾਲੀ ਦਲ ਦੀ ਕਮਾਨ ਸੰਭਾਲੇਗਾ, ਕਿਹੜਾ ਸੀਨੀਅਰ ਲੀਡਰ ਇਹਨੂੰ ਸੰਭਾਲ ਸਕਦਾ। ਲੇਕਿਨ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਈ ਹੈ ਕਿ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਨੂੰ ਹੱਥ ਜੋੜ ਕੇ
ਪਰਮਿੰਦਰ ਸਿੰਘ ਢੀਂਡਸਾ ਵੀ ਕਹਿਣ ਕਿ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦਾ ਕਿਉਂਕਿ ਮੇਰੇ ਫਾਦਰ ਸਾਹਿਬ ਹੁਣ ਤੁਹਾਡੇ ਨਾਲ ਨਹੀਂ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਾਲ ਫਿਲਹਾਲ ਦੇ ਵਿੱਚ ਬਹੁਤ ਹੀ ਲੰਬੇ ਸਮੇਂ ਤੋਂ ਇਸ ਗੱਲ ਦੀ ਉਡੀਕ ਸੀਗੀ ਔਰ ਬਹੁਤ ਹੀ ਵੱਡੇ ਪੱਧਰ 'ਤੇ ਟਕਸਾਲੀ ਆਗੂਆਂ ਨੇ ਜਿਹੜਾ ਕੰਮ ਕੀਤਾ ਔਰ ਉਹਨਾਂ ਨੇ ਬਕਾਇਦਾ ਕਾਨਫਰੰਸ ਵੀ ਕੀਤੀ, ਉਹਦੇ ਵਿੱਚ ਆਪਣਾ ਦਮਖਮ ਵੀ ਵਿਖਾਇਆ। ਲੇਕਿਨ ਹੋ ਸਕਦਾ ਹੈ ਕਿ ਹੁਣ ਪਰਮਿੰਦਰ ਢੀਂਡਸਾ ਵੀ ਅਕਾਲੀ ਆਗੂਆਂ ਨੂੰ ਬਾਏ ਬਾਏ ਕਰਕੇ ਟਕਸਾਲੀ ਆਗੂਆਂ ਦੇ ਨਾਲ ਆਪਣੇ ਸੁਰ ਦੇ ਨਾਲ ਸੁਰ ਮਿਲਾ ਸਕਦੇ ਹਨ। ਲੇਕਿਨ ਦੂਜੇ ਪਾਸੋਂ ਸਿਆਸੀ ਗਲਿਆਰੇ ਤੋਂ ਇਹ ਵੀ ਖਬਰ ਸੁਣਨ 'ਚ ਆਉਂਦੀ ਹੈ ਉਹਨੇ ਹਾਲ ਫਿਲਹਾਲ ਦੇ ਵਿੱਚ ਉਹ ਵੇਖ ਰਹੇ ਹਨ ਕਿ ਅਕਾਲੀ ਦਲ ਕਿਹੜੇ ਵੱਡੇ ਸਟੈਪ ਲੈ ਸਕਦਾ ਹੈ। ਜੇਕਰ ਅਕਾਲੀ ਦਲ ਵਾਕਈ ਹੀ ਬੈਕਫੁੱਟ 'ਤੇ ਜਾਂਦਾ ਹੈ ਤਾਂ ਫਿਰ ਹੋ ਸਕਦਾ ਹੈ ਕਿ ਢੀਂਡਸਾ ਪਰਿਵਾਰ ਮੁੜ ਤੋਂ ਲਾਈਕ ਮਾਈਂਡਡ ਲੋਕਾਂ ਨੂੰ ਪੰਜਾਬ ਦੇ ਵਿੱਚ ਇਕੱਠਾ ਕਰਨ, ਕਿਉਂਕਿ ਕਈ ਸਾਰੇ ਅਜਿਹੇ ਆਗੂ ਹਨ, ਭਾਵੇਂ ਉਹ ਮਾਲਵਾ ਖੇਤਰ ਹੋਵੇ, ਭਾਵੇਂ ਦੁਆਬੇ ਦਾ ਹੋਵੇ, ਭਾਵੇਂ ਮਾਝੇ ਦਾ ਹੋਵੇ, ਕਈ ਸਾਰੇ ਅਕਾਲੀ ਆਗੂ ਹਨ ਜੋ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਲਾਈਕ ਨਹੀਂ ਕਰਦੇ। ਲੇਕਿਨ ਕਈ ਸਾਰੇ ਆਗੂ ਹਨ ਜੋ ਕਿ ਸਿਰਫ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਉਹਨਾਂ ਦੇ ਨਾਮ ਕਰਕੇ ਅਕਾਲੀ ਪਾਰਟੀ ਦੇ ਵਿੱਚ, ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਹਨ। ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਢੀਂਡਸਾ ਪਰਿਵਾਰ ਦੇ ਉੱਤੇ ਬੋਲਦੇ ਹੋਏ ਆਪਣੇ ਪ੍ਰਤੀਕਰਮ ਦਿੱਤੇ ਕਿ ਜਦ ਪਾਰਟੀ ਨੂੰ ਲੋੜ ਸੀਗੀ ਤਾਂ ਸੁਖਦੇਵ ਸਿੰਘ ਢੀਂਡਸਾ ਸਾਡੇ ਤੋਂ ਵਿਛੋੜਾ ਕਰ ਗਏ, ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ। ਅਗਰ ਅੱਜ ਢੀਂਡਸਾ ਦੀ ਕੋਈ ਪਹਿਚਾਣ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਪਹਿਚਾਣ ਹੈ, ਨਹੀਂ ਤਾਂ ਉਹਨਾਂ ਦੀ ਵੀ ਪਹਿਚਾਣ ਨਾ ਹੁੰਦੀ। ਲੇਕਿਨ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸ ਦੇਵਾਂ ਕਿ ਹੁਣ ਕਈ ਸਾਰੇ ਟਕਸਾਲੀ ਆਗੂ, ਯਾਨੀ ਕਿ ਅਸੀਂ ਕਹੀਏ ਕਿ ਕਈ ਸਾਰੇ ਉਹ ਅਕਾਲੀ ਦਲ ਦੇ ਸੀਨੀਅਰ ਲੀਡਰ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਨਹੀਂ ਮੁੜ ਤੋਂ ਫੜਨਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਿਰਫ ਇਸ ਪਾਰਟੀ ਦੇ ਉੱਤੇ ਇੱਕ ਹੀ ਪਰਿਵਾਰ ਦਾ ਲੱਗਦਾ ਨਹੀਂ ਹੈ, ਬਲਕਿ ਇਸ ਗੱਲ ਦੇ ਉੱਤੇ ਉਹ ਦਾਅਵਾ ਕਰਦੇ ਹਨ ਕਿ ਇੱਕ ਹੀ ਪਾਰਟੀ ਦਾ ਕਬਜ਼ਾ ਜੋ ਕਿ ਪਾਰਟੀ ਨੂੰ ਵੀ ਚਲਾਉਂਦੀ ਹੈ ਔਰ ਸਿੱਖਾਂ ਦੀ ਸਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਕਾਇਦਾ ਤੌਰ ਦੇ ਉੱਤੇ ਚਲਾਉਂਦੀ ਹੈ। ਅਤੇ ਉਹ ਚਾਹੁੰਦੇ ਹਨ ਕਿ ਹੁਣ ਅਸੀਂ ਇਕੱਠੇ ਹੋ ਕੇ ਉਹਨਾਂ ਸਾਰੇ ਲਾਈਕ ਮਾਈਂਡਡ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਪਰਿਵਾਰ ਦਾ ਬਾਦਲ ਪਰਿਵਾਰ ਦੀ ਛੁੱਟੀ ਕਰਵਾਉਣੀ ਹੈ। ਉਸ ਤੋਂ ਇਲਾਵਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕਬਜ਼ਾ ਬਾਦਲ ਪਰਿਵਾਰ ਤੋਂ ਹਟਾਉਣਾ। ਲੇਕਿਨ ਪਰਮਿੰਦਰ ਢੀਂਡਸਾ ਹੁਣ ਕਿੰਨਾ ਵੱਡਾ ਸਟੈਪ ਲੈ ਸਕਦੇ ਹਨ ਕਿ ਉਹ ਬਾਗੀ ਤੇਵਰ ਦਿਖਾਉਣਗੇ ਸ਼੍ਰੋਮਣੀ ਅਕਾਲੀ ਦਲ ਨੂੰ, ਵੱਡਾ ਸਵਾਲ ਇੱਥੇ ਇਹ ਬਣਦਾ। ਜੇਕਰ ਅਗਰ ਬਣਦਾ ਹੈ ਤਾਂ ਫਿਰ ਕੀ ਹੋਏਗਾ, ਕੀ ਪੰਜਾਬ ਦਾ ਭਵਿੱਖ ਸੁਧਰ ਸਕਦਾ? ਕਿਉਂਕਿ ਜਿਹੜੀ ਦੂਜੀ ਸਭ ਤੋਂ ਵੱਡੀ ਪਾਰਟੀ ਸੀਗੀ 2017 ਤੋਂ ਪਹਿਲਾਂ ਉਹ ਸੀਗੀ ਕਾਂਗਰਸ ਪਾਰਟੀ, ਲੇਕਿਨ ਹੁਣ ਉਹ ਕਾਂਗਰਸ ਪਾਰਟੀ ਹਾਕਮ ਸਰਕਾਰ ਹੈਗੀ, ਯਾਨੀ ਕਿ ਹੁਣ ਹਾਲ ਫਿਲਹਾਲ ਦੇ ਵਿੱਚ ਉਹ ਹੋਂਦ ਦੇ ਵਿੱਚ ਹੈਗੀ ਹੈ। ਲੇਕਿਨ ਉਹ ਕਿੰਨੀ ਕੁ ਜ਼ਿੰਮੇਵਾਰੀ ਆਪਣੀ ਸਮਝਦੀ ਹੋਈ ਪੰਜਾਬ ਦੇ ਲਈ ਵਚਨਬੰਦ ਹੋ ਰਹੀ ਹੈ, ਵੱਡੇ ਸਵਾਲ ਇੱਥੇ ਇਹ ਵੀ ਬਣਦੇ ਹਨ। ਪਰਮਿੰਦਰ ਸਿੰਘ ਢੀਂਡਸਾ ਉਹੀ ਸ਼ਖਸੀਅਤ ਹਨ ਜੋ ਕਿ ਹਮੇਸ਼ਾ ਅਸੈਂਬਲੀ ਦੇ ਵਿੱਚ ਤੱਥਾਂ ਦੇ ਆਧਾਰ ਦੇ ਉੱਤੇ ਮਨਪ੍ਰੀਤ ਬਾਦਲ ਨੂੰ ਘੇਰਦੇ ਹੋਏ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦਾ ਖਜ਼ਾਨਾ ਖਾਲੀ ਅਗਰ ਪਿਆ ਹੈ ਤਾਂ ਕੀ ਤੁਹਾਡੇ ਕੋਲ ਸਕੀਮਾਂ ਹਨ ਕਿ ਤੁਸੀਂ ਇਹਨੂੰ ਭਰ ਸਕਦੇ ਹੋ? ਉੱਥੇ ਦੂਜੇ ਪਾਸੇ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਤਰਕ ਦਿੰਦੀ ਹੋਈ ਸਿਆਸੀ ਤੀਰ ਛੱਡਦੀ ਹੋਈ ਨਜ਼ਰ ਆਉਂਦੀ ਹੈ। ਉਹ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਜਿਹੜਾ ਸੀਗਾ ਖਜ਼ਾਨਾ ਖਾਲੀ ਹੋ ਗਿਆ ਸੀਗਾ ਔਰ ਬਕਾਇਦਾ ਸਾਡੇ ਕੋਲ ਖਜ਼ਾਨਾ ਨਹੀਂ ਹੈਗਾ, ਇਸ ਕਰਕੇ ਅਸੀਂ ਜਿਹੜੀ ਫੀਸ ਹੈਗੀ ਹੈ ਜਾਂ ਫਿਰ ਅਸੀਂ ਪੈਨਸ਼ਨ ਸਕੀਮਾਂ ਹੈਗੀ ਹੈ ਜਾਂ ਫਿਰ ਅਸੀਂ ਸੈਲਰੀ ਹੈਗੀ ਹੈ ਉਹ ਨਹੀਂ ਭਰ ਸਕਦੇ। ਕਹਿਣ ਦਾ ਭਾਵ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਜੇਕਰ ਅਕਾਲੀ ਦਲ ਤੋਂ ਅੱਡ ਹੁੰਦੇ ਹਨ, ਜੇਕਰ ਉਹ ਆਪਣੀ ਸੁਰ ਜਿਹੜੇ ਨੇ ਟਕਸਾਲੀ ਆਗੂਆਂ ਦੇ ਨਾਲ ਮਿਲਾਉਂਦੇ ਹਨ ਤਾਂ ਕੀ ਉਹ ਵਧੀਆ ਰਹੇਗਾ? ਜੇਕਰ ਸਾਰੇ ਲਾਈਕ ਮਾਈਂਡਡ ਲੋਕ, ਯਾਨੀ ਕਿ ਸੁਖਪਾਲ ਖਹਿਰਾ, ਉਹ ਸਾਰੇ ਲੋਕ ਜੋ ਕਿ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਆਪਣੀ ਉਹਨਾਂ ਨੇ ਪੰਜਾਬ ਦੇ ਵਿੱਚ ਪਹਿਚਾਣ ਬਣਾਈ, ਜਿਹਦੇ ਵਿੱਚ ਅਗਰ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਵਾਂ, ਉਹਦੇ ਤੋਂ ਵੱਖ ਹੋਏ ਗੁਰਪ੍ਰੀਤ ਘੁੱਗੀ, ਉਹਦੇ ਤੋਂ ਵੱਖ ਹੋਏ ਸੁਖਪਾਲ ਖਹਿਰਾ, ਸੁੱਚਾ ਸਿੰਘ ਛੋਟੇਪੁਰ, ਅਜਿਹੇ ਕਈ ਨਾਮ ਹਨ। ਹੁਣ ਹਾਲ ਫਿਲਹਾਲ ਦੇ ਵਿੱਚ ਅਗਰ ਮੈਂ ਗੱਲ ਕਰ ਲਵਾਂ ਤਾਂ ਸੁਖਦੇਵ ਸਿੰਘ ਢੀਂਡਸਾ, ਹੁਣ ਪਰਮਿੰਦਰ ਸਿੰਘ ਢੀਂਡਸਾ ਵੀ ਹੋ ਸਕਦਾ ਕਿ ਵੱਡੇ ਪੱਧਰ 'ਤੇ ਉਹਨਾਂ ਦੇ ਨਾਲ ਜੁੜਨ। ਲੇਕਿਨ ਸਿਆਸੀ ਗਲਿਆਰਿਆਂ ਦੇ ਵਿੱਚੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ 2022 ਦੀ ਚੋਣਾਂ ਤੋਂ 2 ਸਾਲ ਪਹਿਲਾਂ ਹੀ ਸੁਖਦੇਵ ਢੀਂਡਸਾ ਨੇ ਆਪਣੇ ਜਿਹੜੇ ਬਾਗੀ ਤੇਵਰ ਨੇ ਉਹ ਕਿਉਂ ਦਿਖਾਏ? ਕਈਆਂ ਦਾ ਇਹ ਵੀ ਮੰਨਣਾ ਹੈ ਕਿ ਉਹਨਾਂ ਦੀ ਜਿਹੜੀ ਪਿੱਠ ਹੈਗੀ ਹੈ ਉਹ ਬੀਜੇਪੀ ਵੱਲੋਂ ਥਪਥਪਾਈ ਜਾ ਰਹੀ ਹੈ ਔਰ ਬੀਜੇਪੀ ਅੱਗੇ ਕਰਕੇ ਟਕਸਾਲੀ ਆਗੂਆਂ ਦਾ ਸਟੈਂਡ ਬਣਾ ਰਹੀ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕ੍ਰੈਡੀਬਿਲਿਟੀ ਹੈ ਜੋ ਕਿ ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਹੈ ਉਹ ਹੋਰ 2022 ਦੇ ਵਿੱਚ ਉਹਨਾਂ ਨੂੰ ਨੁਕਸਾਨ ਪਹੁੰਚਾਵੇ।
इस करके सुखदेव सिंह ढींडसा की पिट जू बीजेपी वालों थापा दिता जा रहा। कई सारे सियासी आगुआ का सियासी पंडित का यह भी मनना हैगा कि वाकई ही जमीर जिहड़ा हैगा सुखदेव सिंह ढींडसा के अंदर अते उन्होंने परिवार के अंदर जाग गया, तो इस करके हुण वो अपनी जिम्मेवारी समझते हुए उन्होंने लगता है कि वाकई ही पंजाब अते पंजाब दी सिरमौर संसद नाल धक्का हो रहा, इस करके असी अपनी पहचान बनाउणा चाहुंदे हां। तां वड्डे सारे तमाम सवाल अज बणदे हन, इस प्रोग्राम दे तहत असी छानबीन करन दी कोशिश करांगे, लियावांगे इंडिया तो उस सीनियर लीडर नूं जो कि श्रोमणी अकाली दल बादल नूं रिप्रजेंट करदा और उन्हां दा बुलारा भी हैगा, करांगे इस विचार इस दे उत्ते विचार और लियावांगे तुहाडे सामने उन्हां तत्थां नूं। ब्रेक तो बाद करांगे टिप्पणी, मिलदे हां ब्रेक तो बाद। ब्रेक तो बाद तुहाडा स्वागत है। फोन लाइन के उत्ते मेरे नाल मौजूद हैं चरणजीत सिंह बराड़ जो कि सीनियर लीडर हैं श्रोमणी अकाली दल के नाले बुलारे हैं, उन्हों का असं निघा स्वागत करते हैं इस मंच के उत्ते। बराड़ साहब वाहिगुरु जी का खालसा वाहिगुरू जी की फतेह। आलू वाली साहब थानू ते थोड़े सारे सुन रहे श्रोतियों नू मेरे वालों भी वाहिगुरू जी का खालसा श्री वाहिगुरू जी की फतेह। बराड़ साहब सब तो पहला तो मैं जानना चाहवागा की हो गया ढींडसा परिवार नू, तुहाडे नाल सुर दे नाल सुर नहीं मिला रहा बागी तेवर दिखा रहे, की गल हो गई? मैं इस गल दा जवाब तो ज्यादातर मेरा ख्याल है कि खुद ढींडसा साहब दे सकते हैं, साडे सत्कारत बुजुर्ग है। इस करके मैं यही गल कहूंगा कि जेकर गिनतियां मिनतियां च पैणा होवे तो जो पार्टी ने उन्हां नूं दित्ता तां मेरा ख्याल है कि इस तों वध पार्टी दे विच सवाए बादल साहब तों ਜਾਂ ਚਲੋ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਇਹਨਾਂ ਤੋਂ ਇਲਾਵਾ ਹੋਰ ਕਿਸੇ ਵੀ ਇਨਸਾਨ ਨੂੰ ਪਾਰਟੀ ਨੇ ਇੰਨਾ ਕੁਝ ਨਹੀਂ ਦਿੱਤਾ ਹੋਣਾ ਜਿੰਨਾ ਇਹਨਾਂ ਨੂੰ ਮਿਲਿਆ ਹੈਗਾ। ਇਸ ਕਰਕੇ ਕਿਉਂ ਤੇ ਇਸ ਤਰ੍ਹਾਂ ਦੇ ਹਾਲਾਤ ਉਹਨਾਂ ਨੇ ਪੈਦਾ ਕੀਤੇ, ਕੀ ਕਾਰਨ ਹੈਗੇ ਆ, ਉਹ ਅੱਜ ਕੱਲ੍ਹ ਤਾਂ ਪੋਲੀਟੀਕਲੀ ਬਿਆਨਦੇ ਆ ਪਰ ਅਸਲੀਅਤ ਦੇ ਵਿੱਚ ਕਿਤੇ ਅੰਦਰ ਬਹਿ ਕੇ ਦੱਸਣ ਤੇ ਭਾਵੇਂ ਦੱਸਣ ਵੀ ਕੀ ਕਾਰਨ ਹੋ ਸਕਦੇ ਆ। ਬਰਾੜ ਸਾਹਿਬ ਗੱਲ ਤਾਂ ਇਹ ਮੰਨੀ ਜਾ ਰਹੀ ਸੀ ਕਿ ਪਹਿਲਾਂ ਤਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆਪਣੇ ਪ੍ਰਤੀਕਰਮ ਦਿੱਤੇ, ਹੁਣ ਇਹ ਵੀ ਸੁਣਨ 'ਚ ਆ ਰਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਵੀ ਆਪਣੇ ਫਾਦਰ ਸਾਹਿਬ ਨੂੰ ਜੁਆਇਨ ਕਰਕੇ ਬਾਗੀ ਤੇਵਰ ਤੁਹਾਡੀ ਪਾਰਟੀ ਨੂੰ ਵਿਖਾ ਸਕਦੇ ਹਨ? ਦੇਖੋ ਐਸੀ ਗੱਲ ਹੈ ਕਿ ਜਿਹੜਾ ਲਾਸਟ ਗੱਲ ਉਹਨਾਂ ਦੀ ਪ੍ਰਧਾਨ ਸਾਹਿਬ ਨਾਲ ਹੋਈ ਹੈ ਤੇ ਉਹਨਾਂ ਨੇ ਖੁਦ ਛੁੱਟੀ ਲਈ ਸੀ ਔਰ ਲਾਸਟ ਵੀਡੀਓ ਵੀ ਉਹ ਆਪਦੇ ਫੇਸਬੁੱਕ ਤੇ ਜਾਰੀ ਕਰਕੇ ਗਏ ਸੀ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਕੁਛ ਦਿੱਤਾ, ਮੈਂ ਸ਼੍ਰੋਮਣੀ ਅਕਾਲੀ ਦਲ ਵਫ਼ਾਦਾਰ ਸਿਪਾਹੀ ਹਾਂ ਔਰ ਅਗਲੀ ਤੱਕ ਸ਼੍ਰੋਮਣੀ ਅਕਾਲੀ ਦਲ ਲਈ ਜਿਹੜਾ ਹੈਗਾ ਕੰਮ ਕਰਾਂਗਾ। ਔਰ ਇਹ ਤਾਂ ਹੁਣ ਉਹੀ ਬਿਆਨ ਕਰ ਸਕਦੇ ਆ ਵੀ ਇਹਨੀਆਂ ਚਰਚਾਵਾਂ ਤੇ ਦੰਦ ਕਥਾਵਾਂ ਦੇ ਉੱਤੇ ਵਿਰਾਮ ਲਾਉਣ ਲਈ ਉਹੀ ਕਲੀਅਰ ਕਰ ਸਕਦੇ ਆ ਕਿ ਕੀ ਹੋ ਸਕਦਾ। ਸਾਡੇ ਕੋਲੇ ਤਾਂ ਉਹੀ ਵਰਡ ਨੇ ਔਰ ਸਾਨੂੰ ਪੂਰਨ ਆਸ ਹੈ, ਪੂਰੀ ਉਮੀਦ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਰਹਿਣਗੇ ਕਿਉਂਕਿ ਉਹਨਾਂ ਤੇ ਵੀ ਭਵਿੱਖ ਦੀ ਗੱਲ ਹੈਗੀ ਹੈ। ਜਦੋਂ ਹੋਰ ਪਾਰਟੀਆਂ 'ਚ ਜਾਂਦਾ ਬੰਦਾ ਉਦੋਂ ਪਿਛਲੀ ਕਤਾਰ 'ਚ ਹੀ ਲੱਗਣਾ ਪੈਂਦਾ, ਜਿਵੇਂ ਕੱਲ੍ਹ ਪਰਸੋਂ ਕਾਂਗਰਸ ਦੇ ਵੀ ਰਮਨੀਤ ਬਿੱਟੂ ਨੂੰ ਕਿਹਾ ਕਿ ਦੋ ਦੋ ਚਾਰ ਚਾਰ ਛੇ ਛੇ ਮਹੀਨੇ ਪਹਿਲਾਂ ਆ ਕੇ ਬੰਦੇ ਦੂਜੀਆਂ ਪਾਰਟੀਆਂ ਜੋ ਮੰਤਰੀ ਬਣ ਗਏ ਆ ਤੇ ਉਹ ਪੁਰਾਣੇ ਪਾਰਟੀ ਦੇ ਵਰਕਰ ਕਿੱਥੇ ਜਾਣਗੇ। ਇਸ ਕਰਕੇ ਇਹ ਗੱਲ ਮੇਰਾ ਖਿਆਲ ਉਹ ਵੀ ਸਮਝਦਾਰ ਨੇ, ਸਿਆਣੇ ਨੇ, ਪੰਜ ਵਾਰ MLA ਰਹਿ ਲੈਣਾ, ਦੋ ਤਿੰਨ ਵਾਰ ਵਜ਼ੀਰ ਰਹਿ ਲੈਣਾ, ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈ। ਇਸ ਕਰਕੇ ਮੈਨੂੰ ਲੱਗਦਾ ਜੇ ਉਹ ਨਫੇ ਨੁਕਸਾਨ ਦਾ ਵੀ ਸੋਚਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪਲੇਟਫਾਰਮ ਉਹਨਾਂ ਲਈ ਸਭ ਤੋਂ ਵਧੀਆ ਤੇ ਚੰਗਾ ਪਲੇਟਫਾਰਮ ਰਹੇਗਾ। ਬਰਾੜ ਸਾਹਿਬ ਕੀ ਕਾਰਨ ਰਹੇ ਕਿ ਤੁਸੀਂ 2017 ਦੀ ਚੋਣਾਂ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਰਹੇ? ਸਭ ਤੋਂ ਵੱਡਾ ਕਾਰਨ ਇਹ ਸੀ ਕਿ ਕਈ ਵਾਰੀ ਜਦੋਂ ਕੋਈ ਝੂਠ ਇੰਨਾ ਵੱਡੇ ਪੱਧਰ ਤੇ ਪ੍ਰਚਾਰ ਦਿੱਤਾ ਜਾਵੇ ਔਰ ਸੋਚੀ ਸਾਚੀ ਸਾਜਿਸ਼ ਦੇ ਤਹਿਤ ਪ੍ਰਚਾਰ ਦਿੱਤਾ ਜਾਵੇ, ਇੱਕ ਤੇ ਸਾਡੀ ਦੋ ਤਿੰਨ ਗੱਲਾਂ ਕਰਕੇ ਬੜੀ ਬਦਨਾਮੀ ਜਿਹੜੀ ਹੈ ਉਹ ਦੋਨੋਂ ਪਾਰਟੀਆਂ ਨੇ ਕੀਤੀ, ਇੱਕ ਗੱਲ ਤਾਂ ਸਭ ਤੋਂ ਵੱਡਾ ਕਾਰਨ ਇਹ ਬਣਿਆ। ਦੂਜਾ ਵੱਡਾ ਕਾਰਨ ਇਹ ਬਣਿਆ ਕਿ 10 ਸਾਲ ਦੀ ਸਰਕਾਰ, ਕਿਉਂਕਿ ਪੰਜਾਬ ਦਾ ਇਤਿਹਾਸ ਰਿਹਾ ਕਿ ਕਦੇ ਵੀ ਸਰਕਾਰ ਰਿਪੀਟ ਨਹੀਂ ਹੋਈ, ਅਸੀਂ ਸਰਕਾਰ ਰਿਪੀਟ ਕਰ ਗਏ ਸੀ 12 ਦੇ ਵਿੱਚ, 10 ਸਾਲਾਂ ਦੀ ਐਂਟੀ ਇਨਕੰਬੈਂਸੀ ਵੀ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈ ਦੂਜਾ ਕਾਰਨ। ਤੀਜਾ ਸਭ ਤੋਂ ਵੱਡਾ ਕਾਰਨ, ਕਿਉਂਕਿ ਜੇ ਪੰਜਾਬ ਦੀ ਧਰਤੀ ਤੇ ਕੋਈ ਗੁਟਕਾ ਸਾਹਿਬ ਗੁਰੂ ਗ੍ਰੰਥ ਸਾਹਿਬ ਦੀਆਂ ਜਾਂ ਕੋਈ ਇਸ ਕਿਸਮ ਦੀ ਸਹੁੰ ਚੁੱਕ ਕੇ ਗੱਲ ਕਹੇ ਤਾਂ ਉਹ ਫਿਰ ਪੰਜਾਬੀ ਤੇ ਅੱਖਾਂ ਮੀਚ ਕੇ ਵੀ ਯਕੀਨ ਕਰ ਸਕਦੇ ਆ। ਜਦੋਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਤਲਵੰਡੀ ਸਾਬੋ ਦੀ ਧਰਤੀ ਵੱਲ ਨੂੰ ਮੂੰਹ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਕਿ ਮੈਂ ਸਾਰਾ ਕਰਜ਼ਾ ਮਾਫ਼ ਕਰ ਦੂ, ਘਰ ਘਰ ਨੌਕਰੀ ਦੇ ਦੂ, ਖੁਦਕੁਸ਼ੀ ਵਾਲੇ ਪਰਿਵਾਰਾਂ 'ਚੋਂ ਨੌਕਰੀ ਦੇਊ, ਸਾਰਾ ਕਰਜ਼ਾ ਮਾਫ਼ ਕਰੂ, ਜਾਂ ਪੈਨਸ਼ਨ ਜਿਹੜੀ ਹੈ 2000 ਕਰ ਦੂ, 51,000 ਸ਼ਗਨ ਕਰ ਦੂ, ਆਟਾ ਦਾਲ ਜਿਹੜੀ ਦਿੰਦੇ ਉਹਦੇ ਨਾਲ ਚੀਨੀ ਚਾਹ ਤੇ ਘਿਓ ਦੇ ਦੂ,
ਜਾਂ ਮਤਲਬ ਇਸ ਕਿਸਮ ਦੀਆਂ ਸਾਰੀਆਂ ਗੱਲਾਂ ਨੌਜਵਾਨਾਂ ਨੂੰ ਘਰ ਘਰ ਨੌਕਰੀ ਦੇਣ ਤੱਕ ਜਿੰਨਾ 40-45 ਲੱਖ ਕਹਿੰਦੇ ਬੇਰੁਜ਼ਗਾਰ ਹੈ, ਮੈਂ 2500 ਰੁਪਏ ਭੱਤਾ ਦਿਓ। ਚਲੋ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਬਰਾੜ ਸਾਹਿਬ ਅਸੀਂ ਵਿਚਾਰ ਤੁਹਾਡੇ ਨਾਲ ਜ਼ਰੂਰ ਕਰ ਲਵਾਂਗੇ ਕਿਸੇ ਹੋਰ ਦਿਨ, ਲੇਕਿਨ ਮੈਂ ਮੁੜ ਤੋਂ ਅਗਰ ਢੀਂਡਸਾ ਸਾਹਿਬ ਦੇ ਉੱਤੇ ਆ ਜਾਵਾਂ, ਉਹਨਾਂ ਦੇ ਪ੍ਰਤੀਕਰਮ ਦੇ ਉੱਤੇ ਅਸੀਂ ਵਿਚਾਰ। ਜੀ ਗੱਲ ਪੂਰੀ, ਮੇਰੇ ਪੂਰੀ ਗੱਲ ਕਰ ਲੈਂਦੇ ਨਾ, ਜੀ ਤੀਜੇ ਕਾਰਨ ਦਾ ਪਾਰਟ ਹੀ ਰਹਿ ਗਿਆ। ਜੀ ਇਹ ਗੱਲਾਂ ਜਦੋਂ ਕੀਤੀਆਂ ਤਾਂ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਯਕੀਨ ਕੀਤਾ ਵੀ ਜਿਹੜਾ ਬੰਦਾ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਈ ਜਾਂਦਾ ਤੇ ਉਹ ਏਦੋਂ ਵੱਡਾ ਕੰਮ ਕੋਈ ਨਹੀਂ। ਇਸ ਕਰਕੇ 3 ਮੇਜਰ ਕਾਰਨ ਸੀ ਜਿਹਦੇ ਕਰਕੇ ਇਹ ਸਰਕਾਰ ਸਾਡੀ ਜਿਹੜੀ ਹੈ, ਠੀਕ ਹੈ, ਸਰਕਾਰ ਮੀਨਿੰਗ ਤੀਜੀ ਥਾਂ ਤੇ ਆ। ਚਲੋ ਠੀਕ ਹੈ, ਹੁਣ ਮੈਨੂੰ ਇਸ ਗੱਲ ਦਾ ਵੀ ਜਵਾਬ ਦੇ ਦਿਓ ਕਿ ਬਕਾਇਦਾ ਇਹ ਵੀ ਗੱਲ ਕਹੀ ਗਈ ਹੈ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਕਿ ਸਿਰਫ ਇਸ ਪਾਰਟੀ ਦੇ ਉੱਤੇ ਇੱਕ ਹੀ ਪਰਿਵਾਰ ਦਾ ਕਬਜ਼ਾ ਹੈਗਾ ਪਿਛਲੇ ਲੰਬੇ ਸਮੇਂ ਤੋਂ, ਜਿਸ ਕਰਕੇ ਅਸੀਂ ਇਸ ਪਾਰਟੀ ਨੂੰ ਛੱਡਣਾ ਚਾਹੁੰਦੇ ਹਾਂ, ਇਸ ਪਾਰਟੀ ਦੇ ਨਾਲ ਅਸੀਂ ਸੁਰ ਨਹੀਂ ਮਿਲਾ ਸਕਦੇ। ਦੂਜਾ ਉਹਨਾਂ ਨੇ ਕਿਹਾ ਕਿ ਨਾਲੇ ਹੀ ਉਹਨਾਂ ਨੇ ਸਿੱਖਾਂ ਦੀ ਸਭ ਤੋਂ ਵੱਡੀ ਸਿਰਮੌਰ ਸੰਸਥਾ ਦੇ ਉੱਤੇ ਵੀ ਕਬਜ਼ਾ ਕੀਤਾ ਹੋਇਆ, ਜਿਸ ਕਰਕੇ ਸਾਡੇ ਇਹਨਾਂ ਦੇ ਨਾਲ ਸੁਰ ਨਹੀਂ ਮਿਲਦੇ। ਦੋ ਗੱਲਾਂ ਨੇ, ਮੈਂ ਢੀਂਡਸਾ ਸਾਹਿਬ ਦੀਆਂ ਗੱਲਾਂ ਦਾ ਬੜੇ ਸਤਿਕਾਰ ਸਹਿਤ ਜਵਾਬ ਦੇਊਂਗਾ, ਸਤਿਕਾਰ ਕਰਦਾ ਕਿ ਜਿੰਨੀ ਦੇਰ ਤੱਕ 25-30 ਸਾਲ ਸੈਕਟਰੀ ਜਨਰਲ ਬਣਾ ਕੇ ਰੱਖਿਆ, ਉਦੋਂ ਵੀ ਬਾਦਲ ਸਾਹਿਬ ਵੀ ਵੱਡੇ ਸੀ, ਪ੍ਰਧਾਨ ਜਾਂ ਛੋਟੇ ਵੀ ਬਾਦਲ ਸਾਹਿਬ ਦਾ ਨਾਂ ਉਹਨਾਂ ਨੇ ਆਪ ਪੇਸ਼ ਕੀਤਾ ਸੀ, ਜੋ ਪ੍ਰਾਪਤੀਆਂ ਪਿਛਲੇ 34 ਸਾਲਾਂ 'ਚ ਇੱਕ ਇਲੈਕਸ਼ਨ ਜਿਹੜੇ ਢੀਂਡਸਾ ਸਾਹਿਬ ਖੁਦ ਜਿੱਤ ਸਕੇ ਹੈ, ਪਰ ਇੱਕ ਘੰਟਾ ਵੀ ਕਦੇ ਰਾਜਿਆ ਸਭਾ ਤੋਂ ਜਾਂ ਕੈਬਨਿਟ ਵਜ਼ੀਰੀਆਂ ਤੋਂ, ਚੇਅਰਮੈਨੀਆਂ ਤੋਂ ਜਾਂ ਸੈਂਟਰ ਦੇ ਵਜ਼ੀਰਾਂ ਤੋਂ ਕਦੇ ਵਿਹਲੇ ਨਹੀਂ ਰਹੇ। ਕਿਹਦੇ ਕਰਕੇ? ਪਾਰਟੀ ਕਰਕੇ। ਔਰ ਜਿਹੜਾ ਕਬਜ਼ਾ ਸ਼ਬਦ ਹੈ, ਇਹ ਬੜਾ ਭੈੜਾ ਜਿਹਾ ਸ਼ਬਦ ਹੈ ਜੀ, ਮੈਂ ਇੱਕ ਬੇਨਤੀ ਕਰਦੇ ਹਾਂ, ਚਲੋ ਅਗਰ ਪਾਰਟੀ ਦੇ ਤਾਂ ਕਹਿ ਲੈਣ ਤਾਂ ਕੋਈ ਇਤਰਾਜ਼ ਨਹੀਂ, ਪਰ ਜਿਹੜੀ ਗੁਰਧਾਮਾਂ ਦੀ ਸਾਡੀ SCPC ਬਣੀ ਹੋਈ ਹੈ ਔਰ 100 ਸਾਲ ਦੀ ਲਗਭਗ ਹੋ ਗਈ ਹੈ ਔਰ 60 ਕੁ ਲੱਖ ਦੇ ਕਰੀਬ ਪੰਜਾਬ ਦੇ ਵਿੱਚੋਂ ਤੇ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚੋਂ ਸਿੱਖ ਸੰਗਤ ਵੋਟਾਂ ਪਾ ਕੇ ਚੁਣਦੀ ਹੈ, ਜਿੱਥੇ ਵੋਟਾਂ ਪਾ ਕੇ ਲੋਕ ਚੁਣਦੇ ਹੋਣ ਉੱਥੇ ਕਬਜ਼ਾ ਸ਼ਬਦ ਕਿਵੇਂ ਸ਼ੋਅ ਹੋ ਸਕਦਾ ਹੈ? ਡੈਮੋਕ੍ਰੇਸੀ ਹੈ ਇਹ, ਅੱਗੇ ਵੀ ਸਾਰੀਆਂ ਪਾਰਟੀਆਂ ਰਲ ਕੇ ਲੜਦੀਆਂ, ਐਤਕੀ ਢੀਂਡਸਾ ਸਾਹਿਬ ਵੀ ਉਹਨਾਂ ਨਾਲ ਰਲ ਕੇ ਲੜ ਲੈਣਗੇ, ਪਤਾ ਲੱਗ ਜੂਗਾ ਕਿ ਸਿੱਖ ਸੰਗਤ ਨੇ ਕਿਹਨੂੰ ਜਿਹੜੀ ਹੈਗੀ ਹੈ ਸੇਵਾ ਦੇਣੀ ਹੈ, ਇਹ ਤਾਂ ਸੰਗਤਾਂ ਨੇ ਚੁਣਨਾ ਹੈ। ਕਬਜ਼ਾ ਸ਼ਬਦ ਘੱਟੋ ਘੱਟ ਗੁਰਧਾਮਾਂ ਵਾਲੀ ਗੱਲ ਤੇ ਕਿਸੇ ਨੂੰ ਨਹੀਂ ਵਰਤਣਾ ਚਾਹੀਦਾ, ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਕਬਜ਼ਾ ਸ਼ਬਦ ਨੂੰ ਨਹੀਂ ਪਰਚਿਆ ਰਹਿ ਜਾਣਾ ਚਾਹੀਦਾ। ਦੂਜੀ ਮੈਂ ਬੇਨਤੀ ਕਰਦੇ ਹਾਂ ਪਾਰਟੀ ਦੀ, ਪਾਰਟੀ ਦੇ ਵਿੱਚ 16-16.5-17 ਸਾਲ ਕੈਦ ਬਾਦਲ ਸਾਹਿਬ ਨੇ ਪਾਰਟੀ ਪਿੱਛੇ ਕੱਟੀ ਹੈ, ਔਰ ਜੇ ਇੰਨੇ ਲੰਮੇ ਸੰਘਰਸ਼ਾਂ ਤੋਂ ਬਾਅਦ 5 ਵਾਰੀ ਮੁੱਖ ਮੰਤਰੀ ਵੀ ਉਹ ਬਣੇ ਹੈ ਤੇ ਲੋਕ ਹੀ ਚੁਣ ਕੇ ਬਣਾਉਂਦੇ ਆ ਨਾ, ਇਹ ਕਿਹੜਾ ਕੋਈ ਕਬਜ਼ਾ ਆਏ ਆ ਵੀ 4 ਬੰਦੂਕਾਂ ਵਾਲੇ ਨਾਲ ਲੈ ਗਏ ਤੇ ਅਸੀਂ ਜਾ ਕੇ ਮੁੱਖ ਮੰਤਰੀ ਬਣ ਜਾਂਦੇ ਹਾਂ। ਅੱਜ ਜਿਹੜਾ ਉਹ ਕਹਿੰਦੇ ਆ ਵੀ ਮੈਂ ਤਾਂ ਪ੍ਰਧਾਨ ਨਹੀਂ ਮੰਨਦਾ, 52 ਲੱਖ ਮੈਂਬਰਸ਼ਿਪ ਹੋਈ ਹੈ ਪੰਜਾਬ ਦੇ ਵਿੱਚੋਂ 52 ਲੱਖ, ਇਹਦਾ ਮਤਲਬ ਇਕੱਲੇ ਢੀਂਡਸਾ ਸਾਹਿਬ ਤੋਂ ਇਲਾਵਾ ਪਾਰਟੀ ਦੇ ਵਿੱਚ, ਢੀਂਡਸਾ ਸਾਹਿਬ ਤਾਂ ਖੈਰ ਹੁਣ ਮੁੱਢਲੀ ਮੈਂਬਰਸ਼ਿਪ ਵੀ ਨਹੀਂ ਲਈ ਜੋ ਅਸੀਂ ਸੰਗਰੂਰ ਚੋਂ ਪਤਾ ਕੀਤਾ, ਉਹ ਤਾਂ ਮੈਂਬਰ ਵੀ ਨਹੀਂ ਰਹੇ ਪਾਰਟੀ ਦੇ, ਤੇ ਜੇ ਮੰਨ ਲਓ 52 ਲੱਖ ਦੇ ਵਿੱਚੋਂ ਇੱਕ ਵੀ ਬੰਦਾ ਹੋਵੇ ਜੇ ਕੋਈ ਲੱਗੇ ਤਾਂ ਭਾਈ ਵੀ ਉੱਥੇ ਕਰਦਾ, ਫਿਰ ਡੈਮੋਕ੍ਰੇਸੀ ਦਾ ਇਦੋਂ ਵੱਡਾ ਕੀ ਅਸੀਂ ਦਿਖਾ ਸਕਦੇ ਹਾਂ? ਸਾਰੇ ਚੈਨਲ ਉਸ ਹਾਲ ਦੇ ਵਿੱਚ ਸੀ ਜਦੋਂ ਚੋਣ ਹੁੰਦੀ ਹੈ, ਜਦੋਂ ਨਾਮ ਪ੍ਰਪੋਜ਼ ਕੀਤਾ ਜਥੇਦਾਰ ਤੋਤਾ ਸਿੰਘ ਨੇ, ਉਹਨਾਂ ਦੀ ਤਾਇਦ ਕੀਤੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਨੇ, ਤਾਇਦ ਮਜੀਦ ਕੀਤੀ ਜਗਮੀਤ ਸਿੰਘ ਬਰਾੜ ਸਾਹਿਬ ਨੇ, 3 ਵਾਰ ਪੁੱਛਿਆ ਗਿਆ ਕਿ ਕੋਈ ਹੋਰ ਨਾਂ ਕਿਸੇ ਦਾ ਕੋਈ ਪੇਸ਼ ਕਰਨਾ ਚਾਹੁੰਦਾ, ਦੂਜੀ ਵਾਰੀ ਫਿਰ ਪੁੱਛਿਆ ਗਿਆ ਵੀ ਕਿਸੇ ਦਾ ਕੋਈ ਹੋਰ ਨਾਂ ਪੇਸ਼ ਕਰਨਾ ਚਾਹੁੰਦਾ, ਤੀਜੀ ਵਾਰੀ ਫਿਰ ਪੁੱਛਿਆ ਗਿਆ ਕਿ ਕੋਈ ਕਿਸੇ ਦਾ ਨਾਂ ਹੋਰ ਪੇਸ਼ ਕਰਨਾ ਚਾਹੁੰਦਾ। ਜਦੋਂ ਐਡਾ ਸਾਰੇ ਚੈਨਲਾਂ ਦੇ ਸਾਹਮਣੇ ਇਹ ਗੱਲਾਂ ਹੋ ਰਹੀਆਂ, ਕੋਈ ਇੱਕ ਲੁਕਵਾਂ ਤਾਂ ਕੁਝ, ਮੈਂ ਹੁਣ ਚੈਨਲਾਂ ਦੇ ਆਧਾਰ ਤੇ ਹੀ ਗੱਲ ਕਰ ਲਵਾਂ, ਅੱਜ ਸਾਡੇ ਜਿਹੜੇ ਭਰਾ ਪੰਜਾਬ ਨੂੰ ਛੱਡ ਕੇ ਅੱਜ ਸੱਤ ਸਮੁੰਦਰ ਆ ਪਾਰ ਆ ਕੇ ਬੈਠੇ ਨੇ, ਉਹ ਇਹ ਵੀ ਖਬਰਾਂ ਵਾਕਈ ਹੀ ਦੇਖਦੇ ਨੇ। ਉਹਨਾਂ ਖਬਰਾਂ ਦੇ ਆਧਾਰ ਤੇ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਕਈ ਸਾਰੇ ਕਾਂਗਰਸੀ ਆਗੂ ਤੁਹਾਡੇ ਹੀ ਸੀਨੀਅਰ ਲੀਡਰਸ ਨੂੰ, ਬਕਾਇਦਾ ਤੌਰ ਦੇ ਉੱਤੇ ਜਿਹੜੇ ਬਿਕਰਮ ਮਨਜੀਠੀਆ ਹਨ ਉਹਨਾਂ ਦੇ ਉੱਤੇ ਕਈ ਸਾਰੇ ਉਹਨਾਂ ਦੇ ਉੱਤੇ ਐਲੀਗੇਸ਼ਨ ਲਾਏ ਗਏ, ਔਰ ਇਹ ਵੀ ਤੱਕ ਕਿਹਾ ਗਿਆ ਕਿ ਸਭ ਤੋਂ ਵੱਡਾ ਅਗਰ ਕੋਈ ਡਰੱਗ ਕਿੰਗ ਪਿੰਗ ਹੈ ਤਾਂ ਉਹ ਬਿਕਰਮ ਮਨਜੀਠੀਆ ਹੈਗਾ, ਜੇਕਰ ਅਗਰ ਲੈਂਡ ਮਾਫੀਆ ਦਾ ਸਭ ਤੋਂ ਵੱਡਾ ਅਗਰ ਕੋਈ ਕਿੰਗ ਪਿੰਗ ਹੈ ਤਾਂ ਉਹ ਸੁਖਬੀਰ ਬਾਦਲ ਹੈਗਾ, ਅਤੇ ਬਕਾਇਦਾ ਜਿਹੜੇ ਕਾਂਗਰਸ ਦੇ ਬੁਲਾਰੇ ਹਨ, ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ, ਬਕਾਇਦਾ ਆਮ ਆਦਮੀ ਪਾਰਟੀ ਦੀ ਵੀ ਜਿਹੜੀ ਲੀਡਰਸ਼ਿਪ ਹੈਗੀ ਹੈ, ਉਹਨਾਂ ਨੇ ਕਈ ਤਰੀਕੇ ਦੇ ਇਲਜ਼ਾਮ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਉੱਤੇ ਲਾਏ, ਇਹਦੇ ਉੱਤੇ ਕੀ ਕਹੋਗੇ? ਮੈਂ ਦੋ ਬੇਨਤੀਆਂ ਕਰਾਂ, ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਦੋਂ ਪੋਲੀਟੀਕਲ ਬੰਦੇ ਬੋਲਦੇ ਆ ਉਹ ਵਾਹਯਾਤ ਬੋਲ ਲੈਂਦੇ ਆ, ਜਿਵੇਂ ਮੈਂ ਕਿਸੇ ਤੇ ਐਲੀਗੇਸ਼ਨ ਲਾ ਦਿਆਂ ਤਾਂ ਉਹ ਬੋਲ ਹੀ ਸਕਦਾ ਨਾ, ਉਹਦਾ ਤੁਸੀਂ ਅਗਲੇ ਦੂਜੀ ਪਾਰਟੀ ਨੂੰ ਸਵਾਲ ਪੁੱਛ ਲਓਗੇ। ਮੇਰੀ ਇੱਕ ਬੇਨਤੀ ਹੈ ਜੀ, ਡਰੱਗ ਪਿੰਨ ਬਿਕਰਮ ਸਿੰਘ ਮਜੀਠੀਆ ਸਾਹਿਬ ਸੀਗੇ ਤਾਂ ਸਭ ਤੋਂ ਵੱਡਾ ਇਹਨਾਂ ਦਾ ਆਪਦੇ ਜਿਹੜੇ ਦਲੇਰ ਲੀਡਰ ਹੈ ਕੇਜਰੀਵਾਲ, ਜੇ ਇਹਨਾਂ ਕੋਲ ਕਿੰਗ ਪਿੰਨ ਸੀਗੇ, ਸਬੂਤ ਸੀਗੇ, ਫਿਰ ਇਹ ਅਦਾਲਤ ਦੇ ਵਿੱਚੋਂ ਮਾਫ਼ੀ ਮੰਗ ਕੇ ਤੇ ਦੁੰਬ ਦਬਾ ਕੇ ਕਿਉਂ ਭੱਜਿਆ? ਕਿਉਂ ਨੀ ਸਜ਼ਾ ਦਵਾਈ ਕਹਿ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ? ਇੱਕ ਗੱਲ,
तीन चार एजेंसियां ने जिहड़ी हैगी है इंक्वायरी कर ली है, और तीन चार एजेंसियां ने इंक्वायरी तो बाद उन्हां दी कोई गल सामने नहीं आई, ते इस करके अज तक कोई कार्रवाई भी नहीं हुई। असीं फिर चैलेंज करते हैं भावे वह कोई भी एजेंसी होवे, सेंटर दी होवे जां पंजाब दी होवे, जे किते कोई गलती हैगी उन्नी की हैगी जां किसे नाल कोई साथ पाया जांदा है तां कानून अपना काम करे, सानूं इस गल दा कोई डर नहीं। दूजी गल तुसीं साहब सुखबीर सिंह बादल साहब दी कीती है कि उह प्रॉपर्टी दे जां की तुसीं कहा कि उह किंग पिन हैगे, लोग कहिंदे सी कि जिहड़ा लुधियाने वाला फलाना होटल है जी उह सुखबीर ने खरीदिया, लोग कहिंदे सी जी ढाबा भी फलाना सुखबीर ने खरीदिया, फलानी चीज भी खरीदी, किसी एक भी जगह दे उत्ते कोई नजायज कब्जा जां कोई नजायज गल निकली। ठीक है ब्राड साहब, लाइन ते रहे हो, लाइन ते रहे हो, साडे दर्शक ब्राड साहब लाइन ते रहे हो, साडे दर्शक भी साडे नाल जुड़ना शुरू हो गए ने, उहनां दा भी कोई सवाल थोड़े तो होणगे। सत श्री अकाल जी, तुसीं ऑन एयर हो, कौन बोल रहे हो, कित्थों बोल रहे हो? हेलो जी, सत श्री अकाल जी, तुसीं ऑन एयर हो, कौन बोल रहे हो, कित्थों बोल रहे हो? जी भुपिंदर सिंह खालसा जी, वाहेगुरु जी का खालसा, वाहेगुरु जी की फतेह। खालसा जी तुसी सुन पा रहे हो? हां जी, की कहना चाहोगे, की रखना चाहोगे इस मंच दे उत्ते अपने प्रतिक्रम? हां जी, तुहाडी गल सुन पा रहे ने। ਬਰਾੜ ਸਾਹਿਬ ਦੀਆਂ ਵੀ ਸੁਣ ਰਿਹਾ, ਇਹ ਬੜੇ ਸਤਿਕਾਰਯੋਗ ਲੀਡਰ ਨੇ ਸਾਡੇ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ, ਉਹਨਾਂ ਨੇ ਜਿਹੜੀ ਆਵਾਜ਼ ਉਠਾਈ ਆ ਕਿ ਡਿਕਟੇਟਰਸ਼ਿਪ ਦੀ, ਮੈਂ ਉਹਦੇ ਬਾਰੇ ਤੇ ਕੁਛ ਨੀ ਬੋਲਣਾ, ਮੈਂ ਇਹਦੇ ਇੱਕ ਛੋਟੀ ਜਿਹੀ ਗੱਲ ਕਰਨੀ ਆ ਜੀ। ਮੈਂ ਬਰਾੜ ਸਾਹਿਬ ਨੂੰ ਇੱਕ ਸਵਾਲ ਕਰਦਾ ਜੀ, ਤੇ ਮੈਂ ਇਹਨਾਂ ਕੋਲ ਅਪ੍ਰੈਲ ਦੇ ਵਿੱਚ ਗਿਆ ਸੀਗਾ ਚੰਡੀਗੜ੍ਹ ਜੀ, ਔਰ ਇਹ ਇੰਨੇ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਆ ਕਿ ਸਾਡੀ ਇੱਥੇ ਪੂਰੀ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਦੀ ਅਮਰੀਕਾ ਦੇ ਵਿੱਚ ਜੀ, ਇਹਨਾਂ ਨੂੰ ਕੋਈ ਗੱਲ ਕਰੋ ਤੇ ਇਹ ਕਹਿੰਦੇ ਆ ਕਿ ਸਾਨੂੰ ਵਿਦੇਸ਼ੀ ਸਿੱਖਾਂ ਦੀ ਤੇ ਲੋੜ ਹੀ ਨਹੀਂ ਗੀ। ਮੈਂ ਇੱਕ ਜ਼ਿੰਮੇਵਾਰ ਅਹੁਦੇਦਾਰ ਬੰਦਾ ਜ਼ਿੰਮੇਵਾਰੀ ਦੇ ਨਾਲ ਬੋਲ ਰਿਹਾ, ਇਹ ਅੱਗੋਂ ਸਾਡੇ ਵਰਗੇ ਬੰਦਿਆਂ ਨੂੰ ਇਹ ਜਵਾਬ ਦਿੰਦੇ ਆ ਕਿ ਸਾਨੂੰ ਵਿਦੇਸ਼ੀ ਸਿੱਖਾਂ ਦੀ ਜਥੇਬੰਦੀ ਦੀ ਕੋਈ ਜ਼ਰੂਰਤ ਨਹੀਂ ਹੈ, ਔਰ ਉੱਥੇ ਤੇ ਟਾਈਮ ਹੀ ਵੇਸਟ ਕਰਨ ਦੀ ਆ ਬਸ ਗੱਲ, ਉੱਥੇ ਤੇ ਸਿਰਫ ਐਨਰਜੀ ਵੇਸਟ ਕਰਨ ਵਾਲੀ ਗੱਲ ਹੀ ਆ। ਠੀਕ ਹੈ, ਮੈਂ ਇਹਨਾਂ ਨੂੰ ਇੱਕ ਸਵਾਲ ਕਰਦਾ ਕਿ ਜਦੋਂ ਤੁਹਾਨੂੰ ਵਿਦੇਸ਼ੀ ਸਿੱਖਾਂ ਦੀ ਕੋਈ ਲੋੜ ਨਹੀਂ ਤਾਂ ਤੁਸੀਂ ਸਾਡੇ ਸਪੋਕਸਮੈਨ ਹੋ ਸ਼੍ਰੋਮਣੀ ਅਕਾਲੀ ਦਲ ਦੇ, ਤੁਸੀਂ ਕਿਉਂ ਇੱਥੇ ਆ ਕੇ ਟੀਵੀ ਮੰਚ ਦੇ ਉੱਤੇ ਸਾਡੀ ਵੀ ਨਾਲ ਬੇਇੱਜ਼ਤੀ ਕਰਵਾਓਗੇ ਔਰ ਆਪਣੀ ਵੀ ਕਰਵਾਓਗੇ? ਚਲੋ ਲੈ ਲੈਣੇ ਇਸ ਗੱਲ ਦਾ ਜਵਾਬ ਭੁਪਿੰਦਰ ਸਿੰਘ ਜੀ, ਅਸੀਂ ਇਸ ਗੱਲ ਦਾ ਜਵਾਬ, ਮਿਹਰਬਾਨੀ ਜੀ 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 ਥੋੜਾ ਜਿਹਾ ਟਾਈਮ ਦਿਓ। ਖਾਲਸਾ ਜੀ ਮੈਂ ਤੁਹਾਡੀ ਗੱਲ ਨੂੰ ਸੁਣਨਾ ਚਾਹੁੰਦਾ, ਲੇਕਿਨ ਇੱਥੇ ਸਮਾਂ ਮੈਨੂੰ ਇਜਾਜ਼ਤ ਇੱਕ ਨਿੱਕੇ ਜਿਹੇ ਬ੍ਰੇਕ ਲਈ ਰੋਕ ਰਿਹਾ। ਠੀਕ ਹੈ, ਅੱਛਾ ਆਪਾਂ ਤੁਹਾਡੀ ਗੱਲ ਨੂੰ ਸੁਣਾਂਗੇ, ਤੁਸੀਂ ਆਪਣਾ ਫੋਨ ਨੂੰ ਨਾ ਕੱਟਿਓ, ਮੈਂ ਫਿਲਹਾਲ ਇੱਕ ਬ੍ਰੇਕ ਦੇ ਉੱਤੇ ਜਾ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਿਸ ਆਵਾਂਗਾ, ਇਸ ਗੱਲ ਦਾ ਜਵਾਬ ਵੀ ਲਵਾਂਗਾ ਬਕਾਇਦਾ, ਔਰ ਤੁਹਾਡੀ ਗੱਲ ਵੀ ਸੁਣਾਂਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ, ਮੇਰੇ ਨਾਲ ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹਨ, ਉਹ ਜੁੜੇ ਹੋਏ ਹਨ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਭੁਪਿੰਦਰ ਸਿੰਘ ਖਾਲਸਾ ਮਿਸ਼ੀਗਨ ਤੋਂ ਜਿਹੜੇ ਸੀਗੇ ਉਹਨਾਂ ਨੇ ਸਵਾਲ ਬਕਾਇਦਾ ਤੌਰ ਦੇ ਉੱਤੇ ਕੀਤਾ ਸੀਗਾ। ਫੋਨ ਲਾਈਨ ਦੇ ਉੱਤੇ ਭੁਪਿੰਦਰ ਸਿੰਘ ਖਾਲਸਾ ਜੀ ਵੀ ਮੌਜੂਦ ਨੇ, ਚਰਨਜੀਤ ਸਿੰਘ ਬਰਾੜ ਜੀ ਵੀ ਮੌਜੂਦ ਨੇ। ਬਰਾੜ ਸਾਹਿਬ ਕੀ ਸਪਸ਼ਟੀਕਰਨ ਦੇਣਾ ਚਾਹੋਗੇ? ਦੇਖੋ ਮੈਂ ਖਾਲਸਾ ਜੀ ਨੇ ਜਿਵੇਂ ਕਿਹਾ ਹੈ ਕਿ ਢੀਂਡਸਾ ਸਾਹਿਬ ਸਾਡੇ ਸਤਿਕਾਰਤ ਲੀਡਰ ਨੇ, ਤੇ ਮੈਂ ਪਹਿਲਾਂ ਹੀ ਇਹੀ ਕਿਹਾ ਵੀ ਸਾਡੇ ਸਤਿਕਾਰਿਤ ਬਜ਼ੁਰਗ ਨੇ, ਲੀਡਰ ਤਾਂ ਉਹ ਸਾਡੇ ਰਹੇ ਨੀ, ਟਕਸਾਲੀਆਂ ਵੱਲ ਨੂੰ ਜਾਵੜੇ ਆ, ਤੇ ਸਾਡੀ ਤਾਂ ਫਿਰ ਗੁਜ਼ਾਰਿਸ਼ ਹੈਗੀ ਆ ਕਿ ਪਾਰਟੀ ਨੂੰ ਤਗੜਾ ਕਰਨ ਲਈ ਸਾਰਿਆਂ ਨੂੰ ਨਾਲ ਰਹਿਣਾ ਚਾਹੀਦਾ। ਇੱਕ ਦੂਜੀ ਮੈਂ ਬੇਨਤੀ ਇਹ ਕਰਦੇ ਆ ਕਿ ਦੂਸਰਾ ਜਿਹੜੀ ਇਹਨਾਂ ਨੇ ਗੱਲ ਕਹੀ ਕਿ ਮੈਂ ਆਇਆ ਤੇ ਮੈਨੂੰ ਇਹ ਕਿਹਾ ਵੀ ਬਾਹਰ ਲਿਆਂ ਦੀ ਸਾਨੂੰ ਲੋੜ ਨੀ, ਮੈਂ ਇਹ ਨੀ ਕਿਹਾ, ਮੈਂ ਇਹ ਕਿਹਾ ਵੀ ਜਥੇਬੰਦੀ ਨੂੰ ਜਾਂ ਤਾਂ ਅੱਗੇ ਵਧਾਓ ਆਪਾਂ, ਕਿਉਂਕਿ ਜਿੰਨੇ ਜਥੇਬੰਦੀ ਚ ਬੰਦੇ ਆ ਓਨੇ ਹੀ ਹੁੰਦੇ ਆ, ਕੋਈ ਮੈਂਬਰਸ਼ਿਪ ਨੀ ਅੱਗੇ ਡਰਾਈਵ ਹੁੰਦੀ, ਜਾਂ ਤਾਂ ਸਾਨੂੰ ਬਾਹਰਲੇ ਲੋਕ ਐਕਸੈਪਟ ਨੀ ਕਰਦੇ ਜਾਂ ਅਸੀਂ ਕੰਮ ਨੀ ਕਰਦੇ, ਦੋਨਾਂ ਚੋਂ ਇੱਕ ਗੱਲ ਤਾਂ ਹੈਗੀ ਹੈ। ਮੈਂ ਇਹਨਾਂ ਨੂੰ ਹਰ ਸਾਡੇ ਪਾਰਟੀ ਦੇ ਲੀਡਰ ਵਰਕਰ ਨੂੰ ਭਾਵੇਂ ਉਹ
ਸਾਡੇ ਪੰਜਾਬ ਚ ਹੋਵੇ ਭਾਵੇਂ ਬਾਹਰ ਹੋਵੇ। ਮੈਂ ਉਹਨਾਂ ਨੂੰ ਹਰੇਕ ਨੂੰ ਇਹੀ ਬੇਨਤੀ ਕਰਦਾ ਰਹਿੰਦਾ ਪਾਰਟੀ ਦਫ਼ਤਰ ਦਾ ਵਿੱਚ ਬੈਠਾ ਹੋਣ ਕਰਕੇ ਕਿ ਭਾਈ ਕੰਮ ਕਰੀਏ ਆਪਾਂ, ਜਾਂ ਤਾਂ ਮੈਂਬਰਸ਼ਿਪ ਵਧਾਈਏ ਆਪਦਾ ਕੰਮ ਵਧਾਈਏ, ਪਿਛਲੇ ਦਿਨ ਸਾਡੇ ਬਰਾੜ ਸਾਹਿਬ ਨੇ ਨਾ ਪੂਰਾ ਜ਼ੋਰ ਦਿੱਤਾ ਕਿ ਢੀਂਡਸਾ ਸਾਹਿਬ 34 ਸਾਲਾਂ ਚ ਇੱਕ ਵਾਰੀ ਜਿੱਤੇ ਔਰ ਇਹਨਾਂ ਨੂੰ ਆਉਂਦੇ ਪਾਰਟੀ ਵੱਲੋਂ ਦਿੱਤੇ ਗਏ। ਮੈਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਵੀ ਬਰਾੜ ਸਾਹਿਬ ਤੁਹਾਡੀ ਉਮਰ ਤੇ ਅਜੇ 5-7 ਸਾਲ ਹੀ ਆ ਸ਼੍ਰੋਮਣੀ ਅਕਾਲੀ ਦਲ ਚ, ਔਰ ਢੀਂਡਸਾ ਸਾਹਿਬ ਜਦੋਂ 1980 ਤੋਂ 92 ਵਾਲਾ ਜੋ ਸਿਸਟਮ ਚੱਲਿਆ ਸੀਗਾ, ਮੈਂ ਵੀ ਉਹਨਾਂ ਦੇ ਨਾਲ ਹੀ ਸੀਗਾ ਇੱਕ ਵਰਕਰ ਦੇ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਲੀਡਰਸ਼ਿਪ ਥੱਲੇ, ਔਰ 1992 ਦੇ ਵਿੱਚ ਸਾਡੇ ਕੋਲ ਟਾਂਗੇ ਚ ਭੌਣ ਜੋਗੇ ਬੰਦੇ ਨਹੀਂ ਸੀ ਹੁੰਦੇ ਔਰ ਕੋਈ ਖੜਦਾ ਨਹੀਂ ਸੀ ਨਾਲ, ਔਰ ਇਹੀ ਲੋਕ ਨੇ ਜਿਨ੍ਹਾਂ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਨਾ ਜ਼ੀਰੋ ਤੋਂ ਪਾਰਟੀ ਨੂੰ ਚੁੱਕ ਕੇ ਤੇ ਇਸ ਮੰਜ਼ਿਲ ਤੱਕ ਪਹੁੰਚਾਇਆ। ਔਰ ਦੂਸਰੀ ਗੱਲ, ਮੈਂ ਗੱਲ ਲੰਬੀ ਹੁੰਦੀ ਆ, ਮੈਂ ਦੂਸਰੀ ਗੱਲ ਖਾਲਸਾ ਜੀ ਮੇਰੇ ਨਾਲ ਹੋਰ ਵੀ ਬੜੇ ਸਾਰੇ ਕਾਲਰਸ ਨੇ, ਉਹਨਾਂ ਦਾ ਵੀ ਸਮੇਂ ਜਿਹੜਾ ਬੜਾ ਇੰਪੋਰਟੈਂਟ ਆ। ਮੈਂ ਆਲੂਵਾਲੀਆ ਸਾਹਿਬ ਇੱਕੋ ਗੱਲ ਕਰਕੇ ਖਤਮ ਕਰਨ ਲੱਗਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਅਜੇ ਆਪਣੀ ਜ਼ਬਾਨ ਤੋਂ ਇੱਕ ਵਾਰ ਇਹ ਗੱਲ ਨਹੀਂ ਕਹੀ ਕਿ ਮੈਂ ਪਾਰਟੀ ਛੱਡ ਦਿੱਤੀ ਆ। ਉਹ ਬਾਰ ਬਾਰ ਇੱਕ ਹੀ ਗੱਲ ਕਰ ਰਹੇ ਆ ਕਿ ਮੈਂ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਵਿੱਚ ਸੁਧਾਰ ਕਰਨਾ ਚਾਹੁੰਦਾ, ਮੈਂ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨੂੰ ਉਹਨਾਂ ਲੀਹਾਂ ਤੇ ਹੀ ਖੜਨਾ ਚਾਹੁੰਦਾ ਜਿਹਨਾਂ ਦੀ ਲੀਹਾਂ ਤੇ ਪਾਰਟੀ ਬਣੀ ਸੀ। ਔਰ ਜਿਹੜੀਆਂ ਜਿੱਤਾਂ ਹਾਰਾਂ ਨੇ ਨਾ, ਮੈਂ ਬਰਾੜ ਸਾਹਿਬ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਮਨਮੋਹਨ ਸਿੰਘ ਹਾਰ ਗਏ ਸੀ ਤੇ ਉਹਨਾਂ ਨੂੰ ਕਾਂਗਰਸ ਨੇ 10 ਸਾਲ ਪ੍ਰਧਾਨ ਮੰਤਰੀ ਬਣਾ ਕੇ ਦਿੱਤਾ। ਬਰਾੜ ਸਾਹਿਬ ਨੂੰ ਕਿ ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਸੀ, ਪੀਪੀ ਪਾਰਟੀ ਬਣੀ ਸੀ ਪੰਜਾਬ ਵਿੱਚ ਤੇ ਮਨਪ੍ਰੀਤ ਬਾਦਲ ਦੇ ਨਾਲ ਤੁਸੀਂ ਸੈਗਰਾਮੈਂਟੋ ਵਿੱਚ ਆਏ ਸੀ, ਅਸੀਂ ਤੁਹਾਡਾ ਵੈਲਕਮ ਕੀਤਾ ਸੀ ਇੱਥੇ, ਤੁਹਾਨੂੰ ਬੜਾ ਤਗੜੀ ਇੱਥੇ ਸਟੇਜ ਬਣਾ ਕੇ ਦਿੱਤੀ ਸੀ, ਤੁਸੀਂ ਇੱਥੇ ਸਪੀਚ ਦਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਪੰਜਾਬ ਦੀਆਂ ਹੱਕਾਂ ਦੇ ਪੰਜਾਬ ਦੀਆਂ ਜਿਹੜੀਆਂ ਹੱਕਾਂ ਹੱਕੀ ਮੰਗਾਂ ਸੀ ਉਹਨਾਂ ਦੇ ਖਿਲਾਫ਼ ਤੁਸੀਂ ਖੜੇ ਸੀ ਉਸ ਟਾਈਮ, ਪਰ ਸਾਨੂੰ ਕਨਸੋਹਾਂ ਇਹ ਆ ਰਹੀਆਂ ਸੀ ਕਿ ਪਿੱਛੋਂ ਜਿਹੜੀ ਕਿ ਤੁਹਾਡੀ ਕੈਦ ਪੋਜੀਸ਼ਨ ਹੋ ਚੁੱਕੀ ਆ, ਤੁਹਾਡਾ ਬਿਜ਼ਨਸ ਸਾਰਾ ਕੁਛ ਉਹਨਾਂ ਕੈਦ ਕਰਤਾ, ਤੁਸੀਂ ਛੇਤੀ ਮੁੜ ਕੇ ਅਕਾਲੀ ਦਲ ਵਿੱਚ ਵਾਪਸ ਚਲ ਜਾਓਗੇ। ਜਦੋਂ ਤੁਸੀਂ ਇੱਥੇ ਗੱਲਾਂ ਹੋਰ ਕੀਤੀਆਂ, ਸਾਰਾ ਸੈਗਰਾਮੈਂਟ ਨੇ ਸੁਣੀਆਂ ਤੁਹਾਡੀਆਂ ਗੱਲਾਂ, ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਜਾ ਕੇ ਪੰਜਾਬ ਪੀਪਲਸ ਪਾਰਟੀ ਪੀਪੀਪੀ ਬਣੀ ਸੀਗੀ, ਤੁਸੀਂ ਸੈਕਰਾਮੈਂਟੋ ਆਏ ਸੀਗੇ, ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਬਕਾਇਦਾ ਅਸਤੀਫਾ ਦਿੱਤਾ, ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਔਰ ਪੰਜਾਬ ਦੀ ਮੰਗਾਂ ਨੂੰ ਲੈ ਕੇ ਸੈਕਰਾਮੈਂਟੋ ਦੇ ਵਿੱਚ ਤੁਹਾਡੇ ਲਈ ਬਕਾਇਦਾ ਤੌਰ ਦੇ ਉੱਤੇ ਇੱਥੇ ਸਿੱਖਾਂ ਨੇ ਤੁਹਾਡੇ ਲਈ ਸਟੇਜ ਸਜਾਈ, ਲੇਕਿਨ ਅੱਜ ਤੁਸੀਂ ਫਿਰ ਮੁੜ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੁਰ ਦੇ ਨਾਲ ਸੁਰ ਮਿਲਾਉਂਦੇ ਹੋਏ ਨਜ਼ਰ ਆ ਰਹੇ ਹੋ, ਕੀ ਕਹੋਗੇ? ਆਲੂਵਾਲੀਆ ਸਾਹਿਬ, ਮੇਰੇ ਖਿਆਲ ਇਹ ਸਰਦਾਰ ਸਾਹਿਬ ਤੇ ਸਣੇ ਹੀ ਖਾਲਸਾ ਜੀ ਦੀ ਦੋਨੋਂ ਗੱਲਾਂ ਦਾ ਜਵਾਬ ਮੈਂ ਇੱਕੋ ਗੱਲ ਚ ਹੀ ਦੇ ਦਾਂਗਾ। ਪਹਿਲੀ ਗੱਲ ਤਾਂ ਬੇਨਤੀ ਹੈ ਕਿ ਮੈਂ ਸਾਹਿਬ ਮਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਮੈਂ ਕੋਈ ਬਾਹਰਲੇ ਮੁਲਕ ਨਹੀਂ ਸੀ ਆਇਆ ਤੇ ਨਾ ਮੈਂ ਕੋਈ ਇੱਥੇ ਉਹਨਾਂ ਦੇ ਆ ਕੇ ਹੱਕ 'ਚ ਸਪੀਚ ਦਿੱਤੀ ਸੀ ਜੀ, ਤੇ ਪੀਪੀ 'ਚ ਜਾਣ ਦਾ ਕਾਰਨ ਤੇ ਜਾਂ ਮੇਰੀ ਸਿਆਸੀ ਜ਼ਿੰਦਗੀ ਬਾਰੇ ਮੈਂ ਖਾਲਸਾ ਜੀ ਨੂੰ ਬੇਨਤੀ ਕਰਦਿਆਂ ਵੀ ਜਿਹੜੇ ਇਲੈਕਸ਼ਨ ਪੋਸਟਪੋਨ ਹੋਏ ਸੀ ਜਦੋਂ ਸਾਡੇ 27 ਕੈਂਡੀਡੇਟ ਮਾਰੇ ਗਏ ਸੀ, ਉਦੋਂ ਭਾਵੇਂ ਅਸੀਂ ਮੇਰੀ ਯੰਗ ਉਮਰ ਸੀ, ਮੈਂ ਕਾਲਜ 'ਚ ਪੜ੍ਹਦਾ ਸੀ ਤੇ 2.5 ਮਹੀਨੇ ਬੰਦੂਕ ਚੱਕ ਕੇ ਵੀ ਸਾਡੇ ਜਿਹੜੇ ਉਮੀਦਵਾਰ ਨਾਲ ਡਿਊਟੀ ਵੱਡੇ ਪਾਲ ਸਾਹਿਬ ਨੇ ਮੇਰੀ ਲਾਈ ਸੀ, ਮੈਂ ਉਹ ਉਸ ਵੇਲੇ ਉਹਨਾਂ ਦੇ ਨਾਲ ਉਮੀਦਵਾਰਾਂ ਦੇ ਨਾਲ ਰਿਹਾ ਜਦੋਂ ਸਾਡੇ 27 ਕੈਂਡੀਡੇਟ ਮਾਰੇ ਗਏ ਤੇ ਇਲੈਕਸ਼ਨ ਪੋਸਟਪੋਨ ਹੋ ਗਈ ਸੀ ਔਰ ਮੇਰੇ ਪਿਓ ਦਾਦੇ ਜੇਲ੍ਹਾਂ ਕੱਟਦੇ ਆਏ ਅਸੀਂ ਜੱਦੀ ਪੁਸ਼ਤੀ ਕਰ ਲਈ ਹੈ। 95 ਦੇ ਵਿੱਚ ਜਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਗਿੱਦੜਵਾ ਤੋਂ ਇਲੈਕਸ਼ਨ ਲੜਾਈ ਔਰ ਸਾਡੀ ਬਾਂਹ ਬਾਦਲ ਸਾਹਿਬ ਨੇ ਖੁਦ ਮਨਪ੍ਰੀਤ ਸਿੰਘ ਬਾਦਲ ਨੂੰ ਫੜਾ ਦਿੱਤੀ ਕਿਉਂਕਿ ਆਪ ਉਹਨਾਂ ਨੇ ਜੱਦੀ ਹਲਕਾ ਮਨਪ੍ਰੀਤ ਸਿੰਘ ਬਾਦਲ ਨੂੰ ਦੇਤਾ। ਉਸ ਦਿਨ ਤੋਂ ਮੈਂ ਮਨਪ੍ਰੀਤ ਨਾਲ ਚੱਲਿਆ, ਮਨਪ੍ਰੀਤ ਲਹਿਦਾ ਹੋਣ ਵੇਲੇ ਮੈਨੂੰ ਨਾਲ ਲੈ ਗਿਆ। 6-7-8 ਮਹੀਨਿਆਂ ਬਾਅਦ ਜਦੋਂ ਸਾਡਾ ਕੋਈ ਆਪਸ ਚ ਬਖੇੜਾ ਪਿਆ
ਉਹ ਗੱਲਾਂ ਸਾਰੀਆਂ ਸਾਹਮਣੇ ਆ ਤਾਂ ਮੈਂ ਵਾਪਸ ਜਿਹੜਾ ਮੈਂ ਅਕਾਲੀ ਦਲ ਚ ਆ ਗਿਆ। ਔਰ ਇੱਕ ਗੱਲ, ਦੂਜੀ ਗੱਲ, ਜੇ ਮੈਂ ਲਾਲਚੀ ਜਾਂ ਕੋਈ ਇਹ ਦਬਾਅ ਥੱਲੇ ਆਉਣ ਵਾਲਾ ਹੁੰਦਾ, 2002 ਤੋਂ 7 ਦੇ ਦਰਮਿਆਨ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਮੇਰੇ ਪਰਿਵਾਰ ਤੇ 5 ਪਰਚੇ ਦਰਜ ਕੀਤੇ ਗਏ ਔਰ 17-18 ਸਾਲ ਮੈਂ ਉਹ ਪਰਚੇ ਭੁਗਤੇ ਆ। ਤੇ ਜੇ ਮੈਂ ਪਰਚਿਆਂ ਤੋਂ ਡਰਨ ਵਾਲਾ ਹੁੰਦਾ ਤਾਂ ਫਿਰ ਤਾਂ ਮੈਂ ਉਦੋਂ ਕਾਂਗਰਸ ਚ ਵੜਦਾ, ਨਾਲੇ ਮੈਂ ਤਹਿਸੀਲਦਾਰ ਬਣ ਗਿਆ ਸੀ ਉਸ ਟਾਈਮ ਤੇ। ਮੈਂ ਨੌਕਰੀ ਚ ਰਹਿੰਦਿਆਂ ਹੋਇਆ ਮੈਂ ਕਦੇ ਕਿਸੇ ਸਰਕਾਰ ਦੀ ਪਰਵਾਹ ਨਹੀਂ ਕੀਤੀ, ਕਦੇ ਮੈਂ ਲਾਲਚ ਨਹੀਂ ਕੀਤਾ। ਠੀਕ ਹੈ, 2012 ਦੀ ਸਰਕਾਰ ਬਣਨ ਤੋਂ ਪਹਿਲਾਂ ਮੈਂ ਖੁਦ ਨੌਕਰੀ ਛੱਡੀ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਬਰਾੜ ਸਾਹਿਬ ਹੋਰ ਵੀ ਕਾਲਰਸ ਨੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਹੁਣ ਵਿਸ਼ੇ ਦੇ ਉੱਤੇ ਰਹੀਏ, ਆਪਾਂ ਹੁਣ ਉਹ ਗੱਲਾਂ ਨਾ ਕਰੀਏ ਜਿਹੜੀਆਂ ਕਿ ਇਸ ਜਿਹਦੇ ਟੌਪਿਕ ਨਾਲ ਨਹੀਂ ਸੰਬੰਧ ਰੱਖਦੀਆਂ। ਮੇਰੇ ਨਾਲ ਹੋਰ ਵੀ ਕਾਲਰ ਨੇ। ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹਾਂਜੀ ਵਾਲੀਆ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਰਾੜ ਸਾਹਿਬ ਨੂੰ ਵੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਤਾਂ ਸਵਾਲ ਇਹਨਾਂ ਤੋਂ ਥੋੜਾ ਜਿਹਾ ਹਟਵਾਂ ਆ ਆਪਣੇ ਵਾਲੀਆ ਸਾਹਿਬ ਜੀ। ਮੇਰਾ ਇਹ ਸਵਾਲ ਆ ਵੀ ਜਿਹੜੇ ਸਿਰਸੇ ਵਾਲੇ ਸਾਧ ਨੂੰ ਮਾਫ਼ੀ ਦੇਣੀ, ਉਹ ਜਾਇਜ਼ ਸੀ ਕਿ ਨਜਾਇਜ਼? ਠੀਕ ਹੈ, ਇਸ ਸਵਾਲ ਦਾ ਜਵਾਬ ਲਵਾਂਗੇ ਔਰ ਮੈਂ ਫਿਲਹਾਲ ਇੱਕ ਬ੍ਰੇਕ ਦੇ ਉੱਤੇ ਰੁਕ ਰਿਹਾ। ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ info@justbroadcasting.com, harkirat@justbroadcasting.com ਦੇ ਉੱਤੇ, ਔਰ ਇਸ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਲਾਈਵ ਕਾਲ ਕਰਕੇ ਆਪਣੇ ਸਵਾਲ ਵੀ ਲੈ ਸਕਦੇ ਹੋ ਚਰਨਜੀਤ ਸਿੰਘ ਬਰਾੜ ਹੋਰਾਂ ਤੋਂ। ਮਿਲਦੇ ਹਾਂ ਇਸ ਬ੍ਰੇਕ ਤੋਂ ਉਸ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਚਰਨਜੀਤ ਸਿੰਘ ਬਰਾੜ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ। ਬਰਾੜ ਸਾਹਿਬ, ਇੱਕ ਤਾਂ ਸਵਾਲ ਸੀਗਾ ਸਾਡੇ ਦਰਸ਼ਕ ਦਾ ਕਿ ਡੇਰਾ ਸਾਧ ਨੂੰ ਮਾਫ਼ੀ ਦਿੱਤੀ ਗਈ, ਔਰ ਦੂਜਾ ਸਵਾਲ ਜਿਹੜੇ ਸਾਡੇ ਦਰਸ਼ਕ ਪੁੱਛ ਰਹੇ ਹਨ ਕਿ ਜਿਹੜੇ ਟਕਸਾਲੀ ਆਗੂ, ਯਾਨੀ ਕਿ ਜਿਹਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖੋਂ, ਰਤਨ ਸਿੰਘ ਅਜਨਾਲਾ, ਹੁਣ ਢੀਂਡਸਾ ਸਾਹਿਬ ਵੀ ਸੁਰ ਦੇ ਨਾਲ ਸੁਰਮਲਾਉਂਦੇ ਨਜ਼ਰ ਆ ਰਹੇ ਨੇ। ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਜਾਂ ਤਾਂ ਅਗਰ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ ਜਾਂ ਫਿਰ ਅਗਰ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਹਨ, ਜਾਂ ਤਾਂ ਤੁਸੀਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੰਦੇ ਹੋ, ਜਾਂ ਫਿਰ ਉਹਨਾਂ ਦੇ ਉੱਤੇ ਐਲੀਗੇਸ਼ਨਸ ਜਿਹੜੇ ਨੇ ਉਹ ਲਾਏ ਜਾਂਦੇ ਹਨ ਜਿਹਦੇ ਵਿੱਚ ਹੁਣ ਮਨਜੀਤ ਸਿੰਘ ਜੀ ਕੇ ਵੀ ਨੇ, ਅਤੇ ਕੀ ਕਹਿਣਾ ਚਾਹੋਗੇ ਦੋਵੇਂ ਸਵਾਲਾਂ ਦਾ ਜਵਾਬ ਕੀ ਦੇਣਾ ਚਾਹੋਗੇ? ਦੇਖੋ, ਮੇਰੀ ਇੱਕ ਬੇਨਤੀ ਹੈ, ਭਾਵੇਂ ਬ੍ਰਹਮਪੁਰਾ ਸਾਹਿਬ ਹੋਣ ਜਾਂ ਉਹਨਾਂ ਦੇ ਦੋਦੇ ਦੋਨੋਂ ਸਾਥੀ ਸੀਨੀਅਰ ਲੀਡਰ ਜਾਂ ਹੁਣ ਢੀਂਡਸਾ ਸਾਹਿਬ ਹੋਣ, ਕਿਸੇ ਨੂੰ ਵੀ ਪਾਰਟੀ ਨੇ ਕੋਈ ਜਵਾਬ ਨਹੀਂ ਦਿੱਤਾ ਜਾਂ ਕੋਈ ਪਾਰਟੀ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਇਹਨਾਂ ਨੇ ਖੁਦ ਬਾ ਖੁਦ ਪਾਰਟੀ ਦੇ ਖਿਲਾਫ਼ ਪ੍ਰਚਾਰ ਜਿਹੜਾ ਹੈਗਾ ਉਹ ਕਰਨਾ ਸ਼ੁਰੂ ਕੀਤਾ। ਅੱਜ ਵੀ ਹੁਣ ਜਿਵੇਂ ਢੀਂਡਸਾ ਸਾਹਿਬ ਫਰਮਾਉਂਦੇ ਆ ਕਿ ਮੈਂ ਤਾਂ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੂੰ ਤਗੜਾ ਕਰਨਾ ਹੈ। ਮੇਰਾ ਇੱਕ ਸਵਾਲ ਹੈ ਕਿ ਪਹਿਲੀ ਗੱਲ ਤਾਂ ਟਕਸਾਲੀਆਂ ਦੀ ਸਟੇਜ ਤੇ ਗਏ, ਟਕਸਾਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਇਲੈਕਸ਼ਨ ਲੜਿਆ, ਜਿੱਥੇ ਇਲੈਕਸ਼ਨ ਲੜਿਆ ਉੱਥੇ ਸਾਰੇ MP ਕੰਸਟੀਚੁਐਂਸੀ 'ਚ 10,000 ਵੋਟ ਪਈ। ਤੁਸੀਂ ਅੰਦਾਜ਼ਾ ਲਾਓ ਕਿ ਸਥਿਤੀ ਕੀ ਹੈਗੀ ਹੈ। ਇਸ ਕਰਕੇ ਇੱਕ ਤਾਂ ਮੇਰਾ ਇਹ ਹੈਗਾ, ਦੂਜਾ ਹੁਣ ਜਿਹੜੀ ਪਲੈਨਿੰਗ ਬਣਦੀ ਹੈ, ਮੈਂ ਇੱਕ ਬੇਨਤੀ ਕਰਦੇ ਹਾਂ, ਪਲੈਨਿੰਗ ਬਣਦੀ ਹੈ ਰਵਿੰਦਰ ਸਿੰਘ ਦੀ ਕੋਠੀ ਬੈਠ ਕੇ, ਜਿੰਨੀਆਂ ਵੀ ਮੀਟਿੰਗਾਂ ਹੁੰਦੀਆਂ। ਤੇ ਰਵਿੰਦਰ ਸਿੰਘ ਕੌਣ ਨੇ? ਕੈਪਟਨ ਅਮਰਿੰਦਰ ਸਿੰਘ ਦੇ ਜੁੰਡੀ ਦੇ ਯਾਰ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ, ਉੱਥੇ ਹੀ ਬਹਿ ਕੇ ਪਿਛਲੇ ਸਰਕਾਰ ਦੇ ਦੌਰਾਨ ਜ਼ਿਆਦਾਤਰ ਆਪਦਾ ਦਾਰੂ ਪਿਆਲਾ ਚੱਲਦਾ ਸੀ, ਉੱਥੇ ਬੈਠ ਕੇ ਸਕੀਮਾਂ ਜਿਹੜੀਆਂ ਬਣਦੀਆਂ ਸੀ, ਅੱਜ ਇਹਨਾਂ ਦੀਆਂ ਉੱਥੇ ਬੈਠ ਕੇ ਬਣ ਰਹੀਆਂ। ਇੱਥੋਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਪਿੱਛੇ ਕੌਣ ਕੌਣ ਜਿਹੜੇ ਬੰਦੇ ਆ ਉਹ ਕੰਮ ਕਰ ਰਹੇ ਆ, ਤੇ ਕੀ ਉਹ ਪਾਰਟੀ ਨੂੰ ਤਕੜਾ ਕਰਨ ਲਈ ਕਰਨਗੇ ਜਿਹੜੇ ਇੱਥੇ ਬੈਠ ਕੇ। ਡੇਰਾ ਸਾਧ ਦੇ ਉੱਤੇ ਤੁਹਾਡੇ ਕੀ ਪ੍ਰਤੀਕਰਮ ਹੈ? ਲੇਕਿਨ ਉਸ ਤੋਂ ਪਹਿਲਾਂ ਇੱਕ ਕਾਲਰ ਵੀ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਵੀ ਅਸੀਂ ਸਵਾਲ ਲੈ ਲੈਂਦੇ ਹਾਂ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਟੇਟਮੈਂਟ ਦਿੱਤੀ ਸੀ ਵੀ NRI ਦੀ ਸਾਨੂੰ ਲੋੜ ਨੀ। ਸੈਕੰਡ, ਜਦੋਂ ਇਹਨਾਂ ਦੀ ਸਰਕਾਰ ਸੀ ਸੁਖਬੀਰ ਬਾਦਲਾਂ ਦਾ ਸੀ, ਜਿਹੜੇ ਧਰਨੇ ਦਿੰਦੇ ਉਹ ਤਾਂ ਵਿਹਲੇ ਲੋਕ ਆ, ਘਰੇ ਕੋਈ ਪੁੱਛਦਾ ਨੀ, ਹੁਣ ਖੁਦ ਦੇ ਰਹੇ ਆ। ਨੰਬਰ 3 ਤੇ ਜਿਹੜਾ ਇਹ ਜਿਹੜਾ ਇਹਨਾਂ ਦੀ ਹਾਂ ਚ ਹਾਂ ਮਿਲਾਉਂਦਾ ਉਹੀ ਸਹੀ ਆ। ਦੂਜੇ ਜਿਹੜੇ ਹਰਸਿਮਰਤ ਜੀ ਨੇ ਬਿਆਨ ਦਿੱਤਾ ਸੀ ਇੱਕਾ ਦੁੱਕਾ ਲੋਕ, ਉਹਦਾ ਤਾਂ ਓਨਾ ਜਨਮ ਵੀ ਨੀ ਆਉਣਾ ਜਿੰਨਾ ਢੀਂਡਸਾ ਦਾ ਅਕਾਲੀ ਦਲ ਚ ਯੋਗਦਾਨ ਹੈ, ਜਿੰਨੀ ਚਿਰ ਦੀ ਉਹਦੀ ਰਾਜਨੀਤੀ ਹੈ ਓਨਾ ਉਹਦਾ ਹੋਣਾ ਵੀ ਨੀ।
ਪਰ ਜਿਹੜਾ ਇਹਨਾਂ ਨੇ ਐਨ ਆਰ ਆਈਆਂ ਵਾਲੇ ਬਿਆਨ ਦਿੱਤਾ ਸੀ ਵੀ ਸਾਨੂੰ ਐਨ ਆਰ ਆਈਆਂ ਦੀ ਲੋੜ ਨੀ, ਤਾਂ ਫਿਰ ਤੁਸੀਂ ਲੈ ਕੇ ਵੀ ਕਿਉਂ ਆਉਂਦੇ ਹੋ ਜੀ? ਜਦੋਂ ਇਹਨਾਂ ਨੂੰ ਐਨ ਆਰ ਆਈਆਂ ਦੀ ਲੋੜ ਹੀ ਨੀ ਤਾਂ ਵਾਈ ਯੂ ਗਿਵ ਦਾ ਚਾਂਸ ਫਰ ਹੇਅਰ ਐਨ ਆਰ ਆਈ ਮੀਡੀਆ? ਜੀ 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 ਬਰਾੜ ਸਾਹਿਬ, ਇਹ ਦੂਜਾ ਸਵਾਲ ਆ ਗਿਆ ਸਾਡੇ ਦੂਜੇ ਕਾਲਰ ਨੇ ਇਹ ਗੱਲ ਪੁੱਛੀ ਹੈ ਕਿ ਤੁਹਾਨੂੰ ਐਨ ਆਰ ਆਈਆਂ ਭਰਾਵਾਂ ਦੀ ਸਿੱਖ ਡਾਇਸਪੋਰਾ ਦੀ ਕੋਈ ਲੋੜ ਨੀ ਹੈਗੀ? ਨਹੀਂ 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 ਨਹੀਂ, ਮੇਰੀ ਇਹ ਬੇਨਤੀ ਹੈ, ਪਹਿਲੀ ਗੱਲ ਤਾਂ ਇਹ ਵੀ ਇੱਕ ਝੂਠ ਫੈਲਾਇਆ ਜਾ ਰਿਹਾ, ਸਾਡੀ ਹਰੇਕ ਐਨ ਆਰ ਆਈ ਭਰਾ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਹਰ ਗੱਲ ਨੂੰ ਆਂਕੋ ਜਾਂਚੋ ਤੇ ਫਿਰ ਯਕੀਨ ਕਰੋ। ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਕੀ ਕਰ ਸਕਦਾ, ਕੀ ਉਹਨਾਂ ਨੇ ਕੀਤਾ, ਇਹ ਹੁਣ ਕਾਂਗਰਸ ਦੇ ਸਮੇਂ ਦੇ ਵਿੱਚ ਤੁਸੀਂ ਮੁਕਾਬਲਾ ਕਰਕੇ ਦੇਖ ਲਓ। ਮੇਰੀ ਹਰੇਕ ਐਨ ਆਰ ਆਈ ਭਰਾ ਦੇ ਚਰਨਾਂ ਚ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ, ਸਾਨੂੰ ਸਾਥ ਦੀ ਲੋੜ ਹੈ। ਜੇ ਕੋਈ ਗੱਲ ਪ੍ਰਚਾਰਦਾ ਹੈ ਕਿ ਸਾਨੂੰ ਐਨ ਆਰ ਆਈਆਂ ਦੀ ਲੋੜ ਨਹੀਂ, ਇਹ ਗਲਤ ਬਿਆਨੀ ਹੈ, ਸਾਡੀ ਕੋਈ ਬਿਆਨੀ ਨਹੀਂ ਇਸ ਗੱਲ ਤੇ। ਪਹਿਲੀ ਅੱਛਾ, ਦੂਜੀ ਗੱਲ ਜਿਹੜੇ ਸੀਨੀਅਰ ਲੀਡਰਸ਼ਿਪ ਹੈਗੀ ਹੈ ਉਹਨਾਂ ਨੂੰ ਰਿਸਪੈਕਟ ਨਹੀਂ ਦਿੱਤੀ ਜਾਂਦੀ ਬਕਾਇਦਾ? ਦੂਜੀ ਮੇਰੀ ਬੇਨਤੀ ਸੁਣ ਲਓ ਨਾ ਜੀ, ਰਿਸਪੈਕਟ ਪਾਰਟੀ ਪ੍ਰਧਾਨ ਦਾ ਇੱਕ ਅਹੁਦਾ ਤੇ ਸੈਕਟਰੀ ਜਨਰਲ ਦਾ ਵੀ ਇੱਕ ਅਹੁਦਾ। ਸੈਕਟਰੀ ਜਨਰਲ ਪਿਛਲੇ ਜਦੋਂ ਦੇ ਬਾਦਲ ਸਾਹਿਬ ਪ੍ਰਧਾਨ ਬਣੇ ਸੀ, ਮਤਲਬ 85 ਤੋਂ ਲਾ ਕੇ, ਉਦੋਂ ਦੇ ਸੈਕਟਰੀ ਜਨਰਲ ਢੀਂਡਸਾ ਸਾਹਿਬ ਚੱਲੇ ਆਉਂਦੇ, ਇੱਕ ਇੱਕ ਪੋਸਟ ਦੋਨਾਂ ਦੀ ਹੁੰਦੀ ਹੈ। ਏਦੋਂ ਵੱਡਾ ਮਾਨ ਸਤਿਕਾਰ ਕੀ ਹੋ ਸਕਦਾ? 33-34 ਸਾਲਾਂ ਚ ਸਿਰਫ ਇੱਕ ਇਲੈਕਸ਼ਨ ਜਿੱਤੇ, 3 ਰਾਜਿਆ ਸਭਾ ਦਿੱਤੀਆਂ, 1 ਕੈਬਨਿਟ ਰੈਂਕ ਨਾਲ ਚੇਅਰਮੈਨੀ ਦੀ ਮਿਲੀ ਪਾਰਟੀ ਵੱਲੋਂ, ਦਿੱਤੀਆਂ ਨਹੀਂ, ਮੈਂ ਦਿੱਤੀਆਂ ਸ਼ਬਦ ਤਾਂ ਉਹਨਾਂ ਲਈ ਛੋਟਾ ਹੋਊਗਾ। ਪਰ ਬਰਾੜ ਸਾਹਿਬ, ਕੀ ਕਾਰਨ ਬਣ ਗਏ ਕਿ ਇੰਨੀ ਸਮੁੱਚੀ ਲੀਡਰਸ਼ਿਪ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੀ ਪੂਰੀ ਜ਼ਿੰਦਗੀ ਦੇ ਦਿੱਤੀ, ਅੱਜ ਉਹਨਾਂ ਨੂੰ ਪਾਰਟੀ ਬਿਲਕੁਲ ਵੀ ਕੁਝ ਸਮਝਦੀ ਨਹੀਂ ਹੈਗੀ? ਕੀ ਕਾਰਨ ਬਣ ਗਏ ਕਿ ਉਹ ਵੀ ਪਾਰਟੀ ਤੋਂ ਬਾਹਰ ਹੋਏ? ਨਹੀਂ ਨਹੀਂ, ਕੋਈ ਫੈਸਲਾ ਐਸਾ, ਇੱਕ ਵੀ ਫੈਸਲਾ, ਜਿਵੇਂ ਡੇਰੇ ਦੀ ਮਾਫੀ ਦੀ ਗੱਲ ਚੱਲੀ ਸੀ ਜਾਂ ਦੂਜਾ ਤੀਜਾ, ਇਹ ਜਿੰਨੀਆਂ ਵੀ ਕੋਰ ਕਮੇਟੀਆਂ ਹੁੰਦੀਆਂ ਰਹੀਆਂ ਸਾਰਿਆਂ ਦੇ ਵਿੱਚ ਢੀਂਡਸਾ ਸਾਹਿਬ ਵਿੱਚ ਹੁੰਦੇ ਸੀ। ਔਰ 2008 ਦੇ ਵਿੱਚ ਐਕਟਿੰਗ ਪ੍ਰਧਾਨ ਦਾ ਨਾਮ ਢੀਂਡਸਾ ਸਾਹਿਬ ਨੇ ਖੁਦ ਪੇਸ਼ ਕੀਤਾ, ਜੇ ਬਾਅਦ ਚ ਪਰਮਾਨੈਂਟ। ਤੁਹਾਡਾ ਕਹਿਣ ਦਾ ਭਾਵ ਹੈ ਕਿ ਜਿਹੜੀ ਮਾਫੀ ਡੇਰਾ ਸਾਹਿਬ ਨੂੰ ਦਿੱਤੀ ਗਈ ਉਹ ਢੀਂਡਸਾ ਸਾਹਿਬ ਨੇ ਦਿੱਤੀ ਸੀਗੀ? ਨਹੀਂ ਨਹੀਂ ਨਹੀਂ, ਮੈਂ ਨਹੀਂ ਬਿਆਨ ਕਰਦਾ, ਮੈਂ ਤਾਂ ਵੈਸੇ ਗੱਲ ਕਰਦਾ ਕਿ ਉਸ ਸਮੇਂ ਜੋ ਘਟਨਾ ਚੱਕਰ ਚੱਲਿਆ ਹਰੇਕ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਸੀ। ਦੇਖੋ ਜਿਹੜੀ ਮਾਫੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਦਿੱਤੀ, ਨਾ ਅਸੀਂ ਦੇਣ ਵੇਲੇ ਕੋਈ ਉਹਨਾਂ ਤੇ ਕਿੰਤੂ ਪ੍ਰੰਤੂ ਕੀਤਾ, ਨਾ ਜਦੋਂ ਸੰਗਤ ਦੇ ਮਤਲਬ ਵਿਦਰੋਹ ਕਰਕੇ ਉਹਨਾਂ ਨੇ ਫੈਸਲਾ ਵਾਪਸ ਲਿਆ, ਨਾ ਅਸੀਂ ਉਸ ਵੇਲੇ ਕਿੰਤੂ ਪ੍ਰੰਤੂ ਕੀਤਾ। ਅਸੀਂ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜੋ ਕਦੇ ਵੀ ਕੋਈ ਫੈਸਲਾ ਕਰਤਾ ਉਹਦੇ ਤੇ ਹਮੇਸ਼ਾ ਫੁੱਲ ਚੜਾਏ, ਇਸ ਕਰਕੇ ਮੈਂ ਉਸ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਕੋਈ ਕਿੰਤੂ ਪ੍ਰੰਤੂ ਕਰ ਨਹੀਂ ਸਕਦਾ ਗਾ। ਇਸ ਕਰਕੇ ਚਲੋ ਉਹ ਸਾਡੇ ਖਾਤੇ ਪਿਆ, ਸ਼੍ਰੋਮਣੀ ਅਕਾਲੀ ਦਲ ਨੂੰ ਉਸ ਚੀਜ਼ ਦਾ ਨੁਕਸਾਨ ਹੋਇਆ ਤਾਂ ਅਸੀਂ ਨੁਕਸਾਨ ਵੀ ਤਾਂ ਭੁਗਤਿਆ ਉਸ ਗੱਲ ਦਾ। ਪਰ ਬਰਾੜ ਸਾਹਿਬ, ਜਿਹੜੀ ਕਾਨਫਰੰਸ ਬਕਾਇਦਾ ਤੌਰ ਦੇ ਉੱਤੇ ਕੀਤੀ ਗਈ ਹੈ ਢੀਂਡਸਾ ਸਾਹਿਬ ਵੱਲੋਂ, ਜਿਹਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖੋਂ, ਰਤਨ ਸਿੰਘ ਅਜਨਾਲਾ, ਬਕਾਇਦਾ ਮਨਜੀਤ ਸਿੰਘ ਜੀ ਕੇ ਦਿੱਲੀ ਦੇ ਜਿਹੜੇ ਸਾਬਕਾ ਪ੍ਰਧਾਨ ਸੀਗੇ DSGMC ਦੇ, ਉਹ ਪਹੁੰਚੇ ਔਰ ਕਾਫੀ ਸਾਰੀ ਹੱਲਾਸ਼ੇਰੀ ਜਿਹੜੀ ਹੈ, ਹੋਰ ਵੀ ਤੁਹਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਤੁਹਾਡੇ ਕਾਰਕੁਨ ਸੀਗੇ ਉਹਨਾਂ ਵੱਲੋਂ ਉੱਥੇ ਵਿਖਾਇਆ ਗਿਆ ਦਮਖਮ, ਤੇ ਇਸ ਕਾਨਫਰੰਸ ਦੇ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਬੈਕਫੁੱਟ ਤੇ ਆ ਗਈ ਹੈ? ਨਹੀਂ, ਮੇਰਾ ਖਿਆਲ ਹੈ ਇਹ ਕਿਰਪਾ ਕਰਕੇ 500-700 ਬੰਦਾ ਕਿਤੇ ਟਰੱਕ ਦਾ ਟਾਇਰ ਦਾ ਪਟਾਕਾ ਪੈ ਜੇ ਨਾ, ਪੰਜਾਬ ਚ ਇੰਨੀ ਜਨਸੰਖਿਆ ਹੈਗੀ ਉੱਥੇ ਇਕੱਠੇ ਹੋ ਜਾਂਦੇ ਆ। ਮੈਂ ਤੁਹਾਨੂੰ ਬਿਆਨੀ ਕਰਕੇ ਹਟਿਆ ਕਿ 2019 ਚ ਟਕਸਾਲੀ ਇਲੈਕਸ਼ਨ ਲੜੇ ਆ, ਜਿੱਥੇ ਇੰਡੀਪੈਂਡੈਂਟ ਇਹਨਾਂ ਦਾ ਇਲੈਕਸ਼ਨ ਸੀ ਲੜਿਆ ਅਨੰਦਪੁਰ ਸਾਹਿਬ ਦੀ ਸੀਟ ਤੋਂ, 10,000 ਵੋਟ ਪਈ ਹੈ, 10,000 ਤਾਂ 9 ਕੰਸਟੀਚੁਐਂਸੀਆਂ ਚ ਭੁਲੇਖੇ ਨਾਲ ਵੋਟ ਪੈ ਜਾਂਦੀ ਹੈ ਕਰਕੇ ਦਮਖਮ ਤਾਂ ਪਰਮਾਤਮਾ ਦੀ ਮਿਹਰ ਚਾਹੀਦੀ ਹੈ। ਜੋ ਵੀ ਪਾਰਟੀ ਦਾ ਕਾਰਜਕ੍ਰਮ ਹੁੰਦਾ ਹੈ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਕੋਈ ਭਾਵੇਂ ਰੈਲੀ ਹੋਵੇ, ਧਰਨੇ ਹੋਣ, ਕਿਵੇਂ ਵੱਡੀਆਂ ਰੈਲੀਆਂ ਦਾ ਰੂਪ ਜਿਹੜਾ ਹੈਗਾ ਧਾਰਨ ਕਰ ਰਹੇ ਆ। ਇਸ ਕਰਕੇ ਮੈਂ ਇੱਕ ਤਾਂ ਇਹ ਬੇਨਤੀ ਕਰਦਾ, ਦੂਜੀ ਗੱਲ ਜਿਹੜੀ ਇੱਕ ਬਾਰ ਬਾਰ ਸੀਨੀਅਰਤਾ ਦੀ ਗੱਲ ਆ ਜਾਂਦੀ ਹੈ, ਸੀਨੀਅਰਤਾ ਸੀਗੀ ਤਾਂ ਸੀਨੀਅਰ ਰੱਖੇ ਵੀ ਗਏ ਸੀ। ਕਿਤੇ ਨਾ ਕਿਤੇ ਬੰਦਾ ਜ਼ਿੰਦਗੀ ਚ ਜਦੋਂ ਕੋਈ ਆਪ ਗਲਤ ਸਟੈਪ ਚੁੱਕ ਬੈਠਦਾ ਉਦੋਂ ਫਿਰ ਦੂਜਿਆਂ ਨੂੰ ਦੋਸ਼ੀ ਠਹਿਰਾਈ ਜਾਂਦਾ। ਹੁਣ ਜੇ ਅੱਜ ਰਵਿੰਦਰ ਸਾਹਿਬ ਦੀ ਕੋਠੀ ਬੈਠ ਕੇ ਜਿਹੜਾ ਕਿ ਕੈਪਟਨ ਸਾਹਿਬ ਦਾ ਬਹੁਤ ਨਜ਼ਦੀਕੀ ਦੋਸਤ ਮਿੱਤਰ ਹੈ, ਤੇ ਜੇ ਉਹਦੀ ਕੋਠੀ ਬੈਠ ਕੇ ਸਕੀਮਾਂ ਬਣਨੀਆਂ ਤਾਂ ਉਹ ਤਾਂ ਅਕਾਲੀ ਦਲ ਨੂੰ ਕਮਜ਼ੋਰ ਕਰ। ਮੇਰੇ ਨਾਲ ਬਰਾੜ ਸਾਹਿਬ ਹੋਰ ਵੀ ਕਾਲਰਸ ਨੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਭਾਜੀ ਸਤਿ ਸ੍ਰੀ ਅਕਾਲ, ਭਾਜੀ ਮੈਂ ਜਗਪਾਲ ਸਿੰਘ ਬੋਲਦਾ ਜੀ, ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ। ਹਾਂਜੀ ਸਤਿ ਸ੍ਰੀ ਅਕਾਲ ਜਗਪਾਲ ਸਿੰਘ ਜੀ, ਠੀਕ ਹੋ? ਬਸ ਠੀਕ ਆ ਭਾਜੀ। ਦੇਖੋ ਅਸੀਂ ਚਰਨਜੀਤ ਸਿੰਘ ਬਰਾੜ ਹੋਣਾ ਨੂੰ ਮੈਂ ਮੈਸੇਜ ਇਹ ਦੇਣਾ ਮੰਗਦਾ, ਦੇਖੋ ਜੇ ਤੁਸੀਂ ਆਪਣੀ ਪੋਲਿਟਿਕਸ ਨੂੰ, ਆਪਣੀ ਪਾਰਟੀ ਨੂੰ ਕਾਮਯਾਬ ਰੱਖਣਾ, ਤੁਹਾਨੂੰ BJP ਨਾਲੋਂ ਡਿਸਕਨੈਕਟ ਹੋਣਾ ਪਊਗਾ, ਔਰ ਜਿਹੜਾ ਸਿੱਖ ਡਾਇਸਪੋਰਾ ਆ ਇਹਨਾਂ ਦੇ ਨਾਲ ਹੱਥ ਜੋੜਨੇ ਪੈਣਗੇ। ਨਹੀਂ ਜੇ ਤੁਸੀਂ BJP ਦੇ ਨਾਲ ਇੱਡੇ ਰਹੋਗੇ, 9 ਮਾਹ ਦਾ ਰਿਸ਼ਤਾ ਤੁਸੀਂ ਨਾ ਤੋੜਿਆ ਤੇ ਤੁਹਾਡਾ ਆਉਣ ਵਾਲਾ ਫਿਊਚਰ ਤੁਸੀਂ ਨਿਸ਼ਚਿਤ ਨਬੂਦ ਹੋ ਜਾਓਗੇ। ਠੀਕ ਹੈ ਜੀ, ਜਗਪਾਲ ਸਿੰਘ ਜੀ, ਹੋਰ ਵੀ ਕਾਲਰਸ ਨੇ, ਉਹਨਾਂ ਨੂੰ ਵੀ ਸੁਣ ਲੈਂਦੇ ਹਾਂ। ਸਤਿ ਸ੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ?
ਸਤਿ ਸ਼੍ਰੀ ਅਕਾਲ, ਮੈਂ ਟਾਂਡਾ ਤੋਂ ਬੋਲਦਾ ਹਰਦੀਪ। ਹਾਂਜੀ ਹਰਦੀਪ ਜੀ, ਕੀ ਹਾਲ ਨੇ, ਠੀਕ ਹੋ? ਚੜ੍ਹਦੀ ਕਲਾ ਜੀ, ਮੈਂ ਇਹ ਕੁਐਸਚਨ ਕਰਨਾ ਚਾਹੁੰਦਾ ਵੀ ਜੇ ਢੀਂਡਸਾ ਸਾਹਿਬ ਦੀ ਇੰਨੀ ਦੇਣ ਅਕਾਲੀ ਦਲ ਨੂੰ ਤੇ ਉਹਨੂੰ ਅਕਾਲੀ ਦਲ ਦਾ ਪ੍ਰਧਾਨ ਕਿਉਂ ਨਹੀਂ ਬਣਾਉਂਦੇ? ਵੈਰੀ ਗੁੱਡ। ਇਹ ਲੈ ਲੈਣੇ ਸਵਾਲ ਅਸੀਂ, ਹੋਰ ਵੀ ਸਾਡੇ ਨਾਲ ਕਾਲਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਰੰਧਾਵਾ ਸਾਹਿਬ, ਠੀਕ ਹੋ? ਠੀਕ ਠਾਕ। ਹਾਂਜੀ ਕੀ ਕਹਿਣਾ ਚਾਹੋਗੇ? ਮੈਂ ਤਾਂ ਇੱਕੋ ਸਵਾਲ ਪੁੱਛਣਾ ਇਹਨਾਂ ਨੇ ਕਿ ਇਹਨਾਂ ਦੇ ਲੀਡਰ ਰੂਲਸ ਐਂਡ ਰੈਗੂਲੇਸ਼ਨ ਨੂੰ ਮੰਨਦੇ ਆ ਇੰਡੀਆ 'ਚ? ਹਾਂ। ਉਹ ਕਿਹੜੇ ਰੀਜ਼ਨ ਸੀ ਜਦੋਂ ਬਾਦਲ ਸਾਹਿਬ ਤੇ ਇਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਸੀਗੇ, ਹਾਂ, ਉਹਨਾਂ ਨੂੰ ਕਮਿਸ਼ਨ ਮੰਨਣ ਤੋਂ ਇਨਕਾਰ ਕਰਤਾ ਸੀ ਤੇ ਅੱਗੇ ਪੇਸ਼ ਹੋਣ ਤੋਂ ਇਨਕਾਰ ਕੀਤਾ? ਠੀਕ ਹੈ ਠੀਕ ਹੈ। ਬਰਾੜ ਸਾਹਿਬ, ਮੈਂ ਚਾਹਾਂਗਾ ਤੁਸੀਂ ਰੈਪ ਅਪ ਕਰੋ, ਮੇਰੇ ਕੋਲ ਸਮਾਂ ਘੱਟ ਹੈਗਾ ਤੇ 1 ਮਿੰਟ ਦੇ ਵਿੱਚ ਤੁਸੀਂ ਰੈਪ ਅਪ ਕਰੋ। ਲਾਸਟ ਵਾਲੇ ਨੇ ਇਹ ਕਿਹਾ ਕਿ ਜੀ ਤੁਸੀਂ ਰੈਪ ਅਪ ਇਸੀ ਗੱਲ ਤੇ ਕਰੋ ਕਿ ਐਂਡ ਆਫ ਦਾ ਡੇ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਜੇਕਰ ਢੀਂਡਸਾ ਸਾਹਿਬ ਸੀ ਇੰਨੀ ਵੱਡੀ ਦੇਣ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਤਾਂ ਉਹਨਾਂ ਨੂੰ ਇੱਕ ਵਾਰ ਵੀ ਪ੍ਰਧਾਨ ਕਿਉਂ ਨਹੀਂ ਬਣਾਇਆ ਗਿਆ? ਦੇਖੋ ਪ੍ਰਧਾਨ ਕੋਈ, ਮੈਂ ਇੱਕ ਬੇਨਤੀ ਕਰਦੇ ਆ, ਕੋਈ ਅਸੀਂ ਥੋੜੀ ਬਣਾਉਣਾ। ਜਦੋਂ ਪਾਰਟੀ ਪ੍ਰਧਾਨ ਨੇ ਫੈਸਲਾ ਕਰਨਾ ਹੈ ਰਾਜ ਸਭਾ ਕਿਹਨੂੰ ਦੇਣੀ ਹੈ, ਟਿਕਟ ਕਿਹਨੂੰ ਦੇਣੀ ਹੈ, ਉਹ ਕਰ ਸਕਦੇ ਆ। ਪਾਰਟੀ ਦੇ 600 ਦੇ ਕਰੀਬ ਡੈਲੀਗੇਟ ਆ ਜਿਹੜੇ ਸਾਰੇ ਪੰਜਾਬ ਦੇ ਵਿੱਚੋਂ ਚੁਣ ਕੇ ਆਉਂਦੇ ਆ, ਤੇ ਉਹ ਡੈਲੀਗੇਟਾਂ ਨੇ ਫੈਸਲਾ ਕਰਨਾ ਹੁੰਦਾ ਕਿ ਪ੍ਰਧਾਨ ਕਿਹਨੂੰ ਬਣਾਉਣਾ। ਔਰ ਬੀਜੇਪੀ ਦੇ ਨਾਲ ਤੁਸੀਂ ਆਪਣੀ ਭਾਈਵਾਲ ਜਿਹੜੀ ਹੈਗੀ ਹੈ ਤੋੜੋਗੇ, ਉਹ ਸਾਡੇ ਸਿੱਖ ਡਾਇਸਪੋਰਾ ਜਾਣਾ ਚਾਹੁੰਦਾ। ਬੇਨਤੀ ਕਰਦੇ ਆ, ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਉਸ ਕਰਕੇ ਥੋੜਾ ਬਹੁਤਾ ਫਾਇਦੇ ਨੁਕਸਾਨ ਜਿਹੜੇ ਆ ਉਹ ਚੱਲਦੇ ਰਹਿੰਦੇ। ਉਹਦਾ ਕਾਰਨ ਇੱਕ ਹੈ ਕਿ ਜਿੰਨਾ ਚਿਰ ਸੈਂਟਰ ਵਾਲੀ ਭਾਈਵਾਲ ਪਾਰਟੀ ਕਿਸੇ ਨਾਲ ਵੀ ਅਲਾਇੰਸ ਨਹੀਂ ਕੀਤਾ, ਤੇ ਤੁਸੀਂ ਯਾਦ ਕਰੋ ਕਦੇ ਸਾਲ ਬਾਅਦ ਸਰਕਾਰ ਤੋੜ ਦਿੱਤੀ ਜਾਂਦੀ ਸੀ, ਕਦੇ 10 ਮਹੀਨੇ ਬਾਅਦ ਤੋੜ ਦਿੱਤੀ ਜਾਂਦੀ ਸੀ, ਐਸੇ ਹਾਲਾਤ ਰਹੇ ਆ। ਇਸ ਕਰਕੇ ਇੱਥੇ 2-tier ਸਿਸਟਮ ਜਿਹੜਾ ਹੈਗਾ ਸੈਂਟਰ ਦੇ ਵਿੱਚ ਚੱਲ ਰਿਹਾ, ਜਿਹਦੇ ਚ ਇੱਕ ਪਾਸੇ ਕਾਂਗਰਸ ਹੈ, UPA, ਇੱਕ ਪਾਸੇ NDA। ਤੁਹਾਨੂੰ ਇੱਕ ਧੜੇ ਨਾਲ ਜੁੜ ਕੇ ਰਹਿਣਾ ਪੈਣਾ ਜੇ ਸਟੇਟ ਚਲਾਉਣੀ ਹੈ, ਵਰਨਾ ਇੱਥੋਂ ਦੇ ਜੋ ਕਾਨੂੰਨ ਸਿਸਟਮ ਹੈ ਉਹਦੇ ਮੁਤਾਬਕ ਨਹੀਂ ਤਾਂ ਸਟੇਟਾਂ ਚੱਲ ਨਹੀਂ ਸਕਦੀਆਂ। ਇਸ ਜਦੋਂ ਦਾ BJP ਨਾਲ ਅਲਾਇੰਸ ਸੈਂਟਰ ਦੇ ਵਿੱਚ ਕੀਤਾ ਹੈ ਤਾਂ ਤੁਸੀਂ ਇੱਕ ਸਮਝੋ ਕਿ 3 ਸਰਕਾਰਾਂ ਪੂਰਨ ਚੱਲੀਆਂ, ਉਦੋਂ ਪਹਿਲਾਂ ਕੋਈ ਸਰਕਾਰ ਅਕਾਲੀ ਦਲ ਦੀ ਪੂਰਨ ਨਹੀਂ ਚੱਲੀ। 2022 ਦੀ ਚੋਣਾਂ ਵੀ ਨਜ਼ਦੀਕ ਨੇ, 2 ਸਾਲ ਰਹਿ ਗਏ, ਕੀ ਲੱਗਦਾ ਤੁਹਾਨੂੰ? ਮੇਰੇ ਸਾਰੇ NRI ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਕਿ 3 ਸਾਲਾਂ ਦਾ ਲੇਖਾ ਜੋਖਾ ਕਰ ਲਿਓ, 5 ਸਾਲਾਂ ਬਾਅਦ ਵੀ ਲੇਖਾ ਜੋਖਾ ਕਰ ਲਿਓ। ਜੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਚੰਗੇ ਕੰਮ ਕੀਤੇ ਤਾਂ ਕਿਰਪਾ ਕਰਕੇ ਸ਼੍ਰੋਮਣੀ ਅਕਾਲੀ ਦਲ ਸਿਰ ਤੇ ਹੱਥ ਰੱਖੋ। ਠੀਕ ਹੈ, ਜੇ ਨਾ ਚੰਗੇ ਕੀਤੇ ਹੋਣ ਤਾਂ ਫਿਰ ਭਾਈ, ਠੀਕ ਹੈ, NRI ਭਰਾ ਜਿਹੜੇ ਆ ਬਾਹਰਲੇ ਮੁਲਕਾਂ 'ਚ ਜਾ ਕੇ ਸਾਰਿਆਂ ਨੂੰ ਵੀ ਸਮਝ, ਚਲੋ ਤੁਹਾਡਾ ਬਹੁਤ 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 ਧੰਨਵਾਦ ਚਰਨਜੀਤ ਸਿੰਘ ਬਰਾੜੀ, ਤੁਸੀਂ ਸਾਡੇ ਨਾਲ ਬਕਾਇਦਾ ਜੁੜੇ ਔਰ ਆਪਣੀ ਗੱਲ ਜਿਹੜੀ ਹੈ ਇੱਥੇ ਰੱਖੀ ਇਸ ਮੰਚ ਦੇ ਉੱਤੇ। ਤੁਸੀਂ ਆਪਣੇ ਜਿਹੜੇ ਜਵਾਬ ਨੇ ਸਾਡੇ ਦਰਸ਼ਕਾਂ ਨੂੰ ਉਹ ਵੀ ਦਿੱਤੇ, ਅਤੇ ਜੇਕਰ ਮੈਂ ਜਿਨ੍ਹਾਂ ਕਾਲਰਸ ਦੀ ਕਾਲਸ ਨੂੰ ਨਹੀਂ ਚੱਕ ਪਾਇਆ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਲੇਕਿਨ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ। ਇਹੀ ਸੀਗਾ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ਼੍ਰੀ ਅਕਾਲ।